ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੋਹਰਾ ਜਬ ਡੇਰੇ ਤੇ ਬਹਿਰ ਪਾ, ਤੀਵਰ ਤਿਸ ਛਿਨ ਮਾਹੇ, ਪੂਰਬ ਸਮਮਤ ਮਹਿ ਬਨਿਓ, ਗਿਆਤਾ ਪਛਿਮ ਤਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਨਵਾਜੀ ਹੋਈ। ਪਰਮ ਸਨਮਾਨ ਜੋ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਗੁਰੂ ਚਰਨਾਂ ਚ ਬੈਠ ਕੇ ਸਤਿਗੁਰਾਂ ਦੀ ਅੰਮ੍ਰਿਤਮਈ ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰ ਰਹੇ ਸੀ, ਆਓ ਹੁਣ ਆਪਣੀਆਂ ਮਨ ਬਿਰਤੀਆਂ ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਚਰਨਾਂ ਚ ਜੋੜੀਏ। ਪਿਛਲੇ ਪ੍ਰਕਰਣ ਵਿਚ ਆਪ ਜੀ ਕਥਾ ਸਰਵਣ ਕਰ ਚੁੱਕੇ ਹੋ ਕਿ ਪੰਡਿਤ ਲਾਲ ਚੰਦ ਆਪਣੀ ਵਿਦਿਆ ਦੇ ਹੰਕਾਰ ਵਿਚ ਸਤਿਗੁਰੂ ਜੀ ਦੇ ਕੋਲ ਆ ਕੇ ਕਹਿਣ ਲੱਗਾ ਕਿ ਤੁਸੀਂ ਆਪਣਾ ਨਾਮ ਏਡਾ ਵੱਡਾ ਰਖਾਇਆ, ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਭਗਵਾਨ ਕ੍ਰਿਸ਼ਨ ਜੀ ਹੋਏ ਨੇ, ਉਹਨਾਂ ਨੇ ਗੀਤਾ ਰਚੀ ਹੈ, ਤੁਸੀਂ ਉਹਨਾਂ ਤੋਂ ਵੀ ਵੱਡਾ ਨਾਂ ਰਖਾਈ ਬੈਠੇ ਹੋ। ਮੈਂ ਤਾਂ ਮੰਨਾਂਗਾ ਜੇ ਗੀਤਾ ਦੇ ਕਿਸੇ ਸਲੋਕ ਦਾ ਅਰਥ ਹੀ ਕਰ ਦਿਓ। ਸਿੱਖਾਂ ਨੇ ਗੱਲ ਪਹਿਲਾਂ ਸਤਿਗੁਰੂ ਜੀ ਨੂੰ ਦੱਸੀ ਤੇ ਮਹਾਰਾਜ ਨੇ ਪੰਡਿਤ ਜੀ ਨੂੰ ਕੋਲ ਬੁਲਾ ਕੇ ਆਖਿਆ, ਪੰਡਿਤ ਜੀ ਕਿ ਜੇ ਤੁਸੀਂ ਅਸੀਂ ਹੁਣੇ ਗੀਤਾ ਦੇ ਅਰਥ ਕਰ ਦਿੰਦੇ ਹਾਂ ਪਰ ਫਿਰ ਤੁਹਾਡਾ ਸ਼ੰਕਾ ਨਹੀਂ ਮਿਟਣਾ, ਤੁਸੀਂ ਇਹ ਕਹੋਗੇ ਵੀ ਕਿਸੇ ਕੋਲੋਂ ਪੈਸੇ ਦੇ ਕੇ ਗੀਤਾ ਸਿੱਖ ਲਈ ਹੋਣੀ ਹੈ, ਪੜ੍ਹ ਲਈ ਹੋਣੀ ਹੈ, ਤਾਂ ਤੁਸੀਂ ਇੱਦਾਂ ਕਰੋ ਐਸਾ ਕੋਈ ਬੰਦਾ ਲੈ ਕੇ ਆਓ ਜਿਹੜਾ ਤੁਹਾਡੇ ਖਿਆਲ ਦੇ ਮੁਤਾਬਕ ਕਦੀ ਵੀ ਗੀਤਾ ਦੇ ਅਰਥ ਨਾ ਕਰ ਸਕਦਾ ਹੋਵੇ, ਕੋਈ ਅਨਪੜ੍ਹ ਹੋਵੇ, ਜਿਵੇਂ ਜਾਂ ਤੁਹਾਨੂੰ ਲੱਗੇ ਵੀ ਇਹ ਨਹੀਂ ਕਦੀ ਕਰ ਸਕਦਾ, ਉਹਨੂੰ ਲੈ ਕੇ ਆਓ। ਪੰਡਿਤ ਜੀ ਪਿੰਡ ਵਿਚ ਚਲੇ ਗਏ, ਝੂਰਾਂ ਦਾ ਮੁੰਡਾ ਛੱਜੂ ਬਹੁਤ ਹੀ ਗਰੀਬ ਘਰ ਦਾ, ਪਾਟੇ ਕੱਪੜੇ ਹੋਏ, ਕਾਲਾ ਉਸਦਾ ਰੰਗ ਤੇ ਬੁੱਧੀ ਤੋਂ ਮੰਦ ਬੁੱਧੀ, ਕੰਨਾਂ ਤੋਂ ਵੀ ਨਹੀਂ ਸੁਣਦਾ ਤੇ ਜ਼ਬਾਨ ਤੋਂ ਬੋਲ ਵੀ ਨਹੀਂ ਸਕਦਾ, ਲੋਕਾਂ ਦੇ ਘਰਾਂ ਵਿਚ ਮਾੜਾ ਮੋਟਾ ਪਾਣੀ ਢੋ ਕੇ ਤੇ ਗੁਜ਼ਾਰਾ ਕਰਦਾ, ਬਾਹਲਾ ਗਰੀਬ ਪਰਿਵਾਰ ਦਾ ਬੱਚਾ, ਉਹਦੀ ਬਾਂਹ ਫੜੀ ਉਹਨੂੰ ਲੈ ਆਇਆ, ਕਹਿੰਦਾ ਇਹਦੇ ਕੋਲੋਂ ਕੀਤਾ ਦੇ ਅਰਥ ਕਰਾਓ। ਸਤਿਗੁਰੂ ਜੀ ਨੇ ਉਸ ਨੂੰ ਕਿਰਪਾ ਦ੍ਰਿਸ਼ਟੀ ਕਰਕੇ ਸਾਰੀ ਸੋਝੀ ਬਖਸ਼ ਦਿੱਤੀ ਤੇ ਉਸੇ ਵੇਲੇ ਗੀਤਾ ਦੇ ਸਾਰੇ ਸਲੋਕਾਂ ਦੇ, ਕਠਿਨ ਕਠਿਨ ਸਲੋਕਾਂ ਦੇ ਅਰਥ ਕਰ ਦਿੱਤੇ। ਪੰਡਿਤ ਲਾਲ ਚੰਦ ਦਾ ਹੰਕਾਰ ਟੁੱਟ ਗਿਆ ਤੇ ਗੁਰੂ ਅੱਠਵੇਂ ਪਾਤਸ਼ਾਹ ਦੇ ਚਰਨਾਂ ਤੇ ਝੁੱਕ ਗਿਆ ਤੇ ਉਹ ਜਿਹੜਾ ਝੀਵਰ ਸੀਗਾ ਉਹ ਉੱਥੋਂ ਜਦੋਂ ਬਾਹਰ ਨਿਕਲਿਆ ਤੇ ਫਿਰ ਉਹਦੀ ਮੰਦ ਬੁੱਧੀ ਹੋ ਗਈ, ਜਿੱਦਾਂ ਦਾ ਉਹ ਆਮ ਸੀਗਾ ਉਦਾਂ ਦਾ ਹੀ ਹੋ ਗਿਆ। ਇਸ ਕੌਤਕ ਨੂੰ ਵੇਖ ਕੇ ਸਭ ਦੁਨੀਆਂ ਹੈਰਾਨ ਹੋ ਗਈ। ਅੱਜ ਕੱਲ ਉਸ ਜਗ੍ਹਾ ਤੇ ਗੁਰਦੁਆਰਾ ਪੰਜੋਖਰਾ ਸਾਹਿਬ ਵਿਖੇ ਗੂੰਗੇ ਬੋਲਦੇ ਹਨ। ਜਿਹੜਾ ਵੀ ਕੋਈ ਜ਼ਬਾਨ ਤੋਂ ਨਾ ਬੋਲ ਸਕਦਾ ਹੋਵੇ, ਪੰਜ ਐਤਵਾਰ ਇਸ਼ਨਾਨ ਕਰੇ, ਲੰਗਰ ਚ ਭਾਂਡੇ ਮਾਂਜੇ, ਸੇਵਾ ਕਰੇ, ਮਹਾਰਾਜ ਦੀ ਕਿਰਪਾ ਹੋ ਜਾਂਦੀ ਹੈ ਵੀ ਗੂੰਗਿਆਂ ਨੂੰ ਉੱਥੋਂ ਜ਼ਬਾਨ ਮਿਲ ਜਾਂਦੀ ਹੈ। ਐਸਾ ਉਹ ਪਵਿੱਤਰ ਪਾਵਨ ਸਤਿਗੁਰੂ ਅੱਠਵੇਂ ਪਾਤਸ਼ਾਹ ਜੀ ਦਾ ਸਥਾਨ ਅੰਬਾਲੇ ਜ਼ਿਲ੍ਹੇ ਵਿੱਚ, ਅੰਬਾਲੇ ਸ਼ਹਿਰ ਤੋਂ 4-5 ਕਿਲੋਮੀਟਰ ਹੀ ਦੂਰ ਹੈ। ਉੱਥੇ ਸਾਧ ਸੰਗਤ ਜੀ ਸੰਗਤਾਂ ਹਜ਼ਾਰਾਂ ਲੱਖਾਂ ਦੀ ਤਾਦਾਦ ਵਿੱਚ ਹਾਜ਼ਰੀਆਂ ਭਰਦੀਆਂ, ਅੱਠਵੇਂ ਪਾਤਸ਼ਾਹ ਦਾ ਬਹੁਤ ਵੱਡਾ ਦਰਬਾਰ ਹੈ। ਸੋ ਆਓ ਇਸ ਤੋਂ ਅਗਲੀ ਕਥਾ ਸਰਵਣ ਕਰੀਏ, ਪ੍ਰੇਮ ਨਾਲ ਆਖੀਏ ਸਤਨਾਮ
ਸ੍ਰੀ ਵਾਹੇ ਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ। ਜਬ ਡੇਰੇ ਤੇ ਵਹਿਰ ਪਾ, ਜਦੋਂ ਉਹ ਜੀਵਰ ਗੁਰੂ ਸਾਹਿਬ ਦੇ ਡੇਰੇ ਤੋਂ ਬਾਹਰ ਨਿਕਲਿਆ, ਤੀਵਰ ਤਿਸ ਛਿਨ ਮਾਹੇ, ਉਸੇ ਤਰ੍ਹਾਂ ਜਿਵੇਂ ਪਹਿਲਾਂ ਸੀ ਨਾ ਉਸੇ ਤਰ੍ਹਾਂ ਹੋ ਗਿਆ, ਪੂਰਬ ਸਮਮਤ ਮਹਿ ਬਣਿਓ, ਜਿਵੇਂ ਪਹਿਲਾਂ ਮੰਦ ਬੁੱਧੀ ਸੀਗਾ ਨਾ ਉਹਨੂੰ, ਕਿਉਂਕਿ ਉਹਨੇ ਤਾਂ ਪੜ੍ਹਦਾ ਕੋਈ ਬੰਦਾ ਵੇਖਿਆ ਵੀ ਨੀ ਸੀ, ਪੜ੍ਹਦੇ ਪੜ੍ਹਾਈ ਕੀ ਹੁੰਦੀ ਉਹਨੂੰ ਪਤਾ ਹੀ ਨੀ ਸੀ, ਪਰ ਸਤਿਗੁਰੂ ਦੀ ਕਿਰਪਾ ਨਾਲ ਉਹ ਗੀਤਾ ਦੇ ਅਰਥ ਕਰ ਗਿਆ। ਹੁਣ ਜਦੋਂ ਡੇਰੇ ਤੋਂ ਬਾਹਰ ਨਿਕਲਿਆ ਤੇ ਫੇਰ ਓਦਾਂ ਦਾ ਮੰਦ ਬੁੱਧੀ ਹੋ ਗਿਆ, ਕਿਆ ਤਾਂ ਕਛੂ ਨਾ ਤਾਹੇ, ਹੁਣ ਉਸ ਨੂੰ ਕੁਛ ਵੀ ਚੇਤਾ ਨਹੀਂ ਰਿਹਾ, ਕੋਈ ਸਿਮਰਤੀ ਨਹੀਂ ਰਹੀ, ਜੋ ਪਹਿਲੇ ਮਹਾਰਾਜ ਦੀ ਕਿਰਪਾ ਨਾਲ ਬ੍ਰਹਮ ਵਿਦਿਆ ਫੁਰੀ ਸੀ ਉਹ ਮਹਾਰਾਜ ਨੇ ਉੱਥੇ ਹੀ ਅਲੋਪ ਕਰ ਦਿੱਤੀ ਹੈ। ਚੌਪਈ ਸਤਿਗੁਰੂ ਸਜਸ ਜਾਨ ਦਿਜਸੋ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਇਹ ਕਲਾ ਵਰਤਾਈ ਤਾਂ ਪੰਡਿਤ ਲਾਲ ਚੰਦ ਦਾ ਮਾਨ ਟੁੱਟ ਗਿਆ ਤੇ ਸਮਝ ਆ ਗਈ ਵੀ ਇਹ ਪਰਮੇਸ਼ਰ ਦਾ ਰੂਪ ਹਨ, ਜਿਸ ਕੇ ਹਿਰਦੇ ਗਿਆਨ ਦ੍ਰਿੜ ਹੋ, ਹੁਣ ਉਹਨੂੰ ਦ੍ਰਿੜ ਗਿਆਨ ਹੋ ਗਿਆ, ਸੋਝੀ ਹੋ ਗਈ, ਸਿੱਖਿਆ ਬਣਿਓ ਨਿਜ ਜਨਮ ਸੁਧਾਰਾ, ਪੰਡਿਤ ਲਾਲ ਚੰਦ ਗੁਰੂ ਕਾ ਸਿੱਖ ਬਣ ਗਿਆ ਤੇ ਆਪਣਾ ਜਨਮ ਸੁਧਾਰ ਲਿਆ, ਹੋਇਆ ਸੁਤੰਤਰ ਜਗ ਫਿਰਿਓ ਸਖਾਰਾ, ਤੇ ਇਹ ਸੰਸਾਰ ਵਿਚ ਜਿਹੜੇ ਮੋਹ ਮਾਇਆ ਦੇ ਬੰਧਨ ਕੱਟ ਕੇ ਮੁਕਤ ਹੋ ਗਿਆ, ਸੁਤੰਤਰ ਹੋ ਗਿਆ, ਜਿੰਨਾ ਚਿਰ ਸੰਸਾਰ ਵਿਚ ਵਿਚਰਿਆ ਉਦੋਂ ਵੀ ਸੁਖੀ ਰਿਹਾ ਤੇ ਜਦੋਂ ਪਰਲੋਕ ਨੂੰ ਗਿਆ ਤਾਂ ਅਗਲੇ ਰਸਤੇ ਵੀ ਖੁੱਲ ਗਏ, ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਭਵ ਆਪਹਿ ਮੇਲੇ। ਇਹ ਮਹਾਰਾਜ ਸਤਿਗੁਰੂ ਜੀ ਨੇ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਪੰਡਿਤ ਲਾਲ ਚੰਦ ਉੱਤੇ ਕਿਰਪਾ ਦ੍ਰਿਸ਼ਟੀ ਕਰਕੇ ਕੀਤਾ ਹੈ। ਸ੍ਰੀ ਹਰਕ੍ਰਿਸ਼ਨ ਨੇ ਸਾਥ ਬਸ ਹੈ, ਸਤਿਗੁਰੂ ਜੀ ਉੱਥੇ ਹੋਰ ਸਮੇਂ ਰਾਤ ਰਹਿ ਕੇ ਪ੍ਰਾਤੀ ਪਏ ਤਿਆਰ ਕੱਟ ਕਸ ਹੈ, ਅਗਲੇ ਦਿਨ ਚਾਲੇ ਪਾਣ ਲਈ ਤਿਆਰ ਪਰ ਤਿਆਰ ਹੋਏ ਹਨ, ਦਿੱਲੀ ਕੇ ਮਗ ਮਹਿ ਪ੍ਰਸਥਾਨੇ, ਦਿੱਲੀ ਦੇ ਰਾਹ ਨੂੰ ਪੈ ਗਏ ਨੇ, ਰਸਤੇ ਵਿਚ ਕੁਰੂਕਸ਼ੇਤਰ ਵੀ ਮਹਾਰਾਜ ਦਾ ਗੁਰਦੁਆਰਾ ਹੈ, ਕੁਝ ਪ੍ਰੇਮੀਆਂ ਨੇ ਐਸਾ ਵੀ ਮੰਨਿਆ ਹੈ ਵੀ ਪੰਜੋਖਰਾ ਸਾਹਿਬ ਗੀਤਾ ਦੇ ਅਰਥ ਹੋਏ, ਕੁਝ ਕਹਿੰਦੇ ਵੀ ਕੁਰੂਕਸ਼ੇਤਰ ਵਿਖੇ ਹੋਏ, ਪਰ ਚਲੋ ਜਿੱਥੇ ਵੀ ਮਹਾਰਾਜ ਨੇ ਕਿਰਪਾ ਕੀਤੀ, ਪ੍ਰਸਿੱਧ ਅੱਜ ਕੱਲ ਜੋ ਹੈ ਉਹ ਪੰਜੋਖਰਾ ਸਾਹਿਬ ਦਾ ਇਤਿਹਾਸ ਬੋਲਦਾ ਹੈ। ਮਹਾਂਪੁਰਸ਼ਾਂ ਨੇ, ਗਿਆਨੀ ਗੁਰਬਚਨ ਸਿੰਘ ਜੀ ਨੇ ਵੀ ਉੱਥੇ ਬਹੁਤ ਲੰਮਾ ਸਮਾਂ ਕਥਾ ਕੀਤੀ ਹੈ, ਉੱਥੋਂ ਦੀ ਇਹ ਰਵਾਇਤ ਹੈ। ਕੁਰੂਕਸ਼ੇਤਰ ਵੀ ਮਹਾਰਾਜ ਅੱਠਵੇਂ ਪਾਤਸ਼ਾਹ ਜੀ ਦਾ ਦਰਬਾਰ ਬਣਿਆ ਹੋਇਆ ਹੈ, ਉਸ ਤੋਂ ਅੱਗੇ ਫਿਰ ਦਿੱਲੀ ਨੂੰ ਚਾਲੇ ਪਾ ਦਿੱਤੇ ਹਨ, ਪਾਛੇ ਸੈਨਾ ਸਕਲ ਪਿਆਨੇ, ਪਿੱਛੇ ਫੌਜਾਂ ਮਹਾਰਾਜ ਦੀਆਂ ਸਾਰੀਆਂ ਤੁਰੀਆਂ ਜਾਂਦੀਆਂ ਅੱਠਵੇਂ ਪਾਤਸ਼ਾਹ ਜੀ ਦੀਆਂ, ਧੌਂਸਾ ਧਕਾਰਤ ਅਗਵਾਏ, ਧੌਂਸੇ ਨਗਾਰੇ ਵੱਜਦੇ ਨੇ, ਨਿਸ਼ਾਨ ਸਾਹਿਬਾਂ ਦੇ ਫਰਲੇ ਖੁੱਲੇ ਨੇ, ਪਤਾ ਲੱਗ ਰਿਹਾ ਵੀ ਮਹਾਰਾਜ ਸਤਿਗੁਰੂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਦਲ ਆ ਰਿਹਾ ਹੈ। ਬੋਲਤ ਜਾਤ ਨਕੀਬ ਸੁਹਾਏ, ਨਕੀਬ ਭੱਟ ਅੱਗੇ ਗੁਰੂ ਦਾ ਜਸ ਗਾਉਂਦੇ ਹੋਏ ਸੋਭਾ ਦੇ ਸ਼ਬਦ ਪੜ੍ਹਦੇ ਹੋਏ ਜਾਂਦੇ ਹਨ, ਸਿਵਕਾ ਪਰ ਅਰੂੜ ਗੁਰ ਚਾਲੇ, ਮਹਾਰਾਜ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਪਾਲਕੀ ਵਿਚ ਸਵਾਰ ਹੋ ਕੇ ਜਾ ਰਹੇ ਹਨ, ਦੋਹੇ ਤੇ ਛਟੋਰਤ ਚਮਰ ਬਿਸਾਲੇ, ਦੋਵੇਂ ਪਾਸੇ ਚੌਰ ਬਰਦਾਰਾਂ ਦੇ ਹੱਥਾਂ ਚ ਦੋ ਚੌਰ ਫੜੇ ਹੋਏ ਨੇ, ਪਾਲਕੀ ਦੇ ਸੱਜੇ ਖੱਬੇ ਸਿੱਖ ਚੌਰ ਵੀ ਕਰਦੇ ਹਨ, ਬਸਤਰ ਭੂਖਨ ਪਹਿਰੇ ਸੋਹਤ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਹੁਤ ਬਾਦਸ਼ਾਹਾਂ ਵਾਲੇ ਸੁੰਦਰ ਕੀਮਤੀ ਬਸਤਰ ਤੇ ਗਹਿਣੇ ਪਹਿਨੇ ਹੋਏ ਹਨ, ਹੱਥ ਸ਼ਰੀਫੇ ਰਤ ਮਨ ਮੋਹਤ, ਇੱਕ ਬੜੀ ਸੋਹਣੀ ਪਤਲੀ ਜੀ ਛੜੀ ਹੱਥ ਵਿਚ ਰੱਖਿਆ ਕਰਦੇ ਸਨ, ਉਹ ਕਦੀ ਸੱਜੇ ਤੇ ਕਦੀ ਖੱਬੇ ਹੱਥ ਵਿਚ ਘੁਮਾਈ ਜਾਂਦੇ ਹਨ,
ਇਹ ਸਤਿਗੁਰੂ ਜੀ ਦੇ ਪਕਰ ਕਮਲਾਂ ਦੀ ਛੜੀ ਹੀ ਮਹਾਰਾਜ ਨੇ ਗੂੰਗੇ ਦੇ ਸਿਰ ਤੇ ਰੱਖੀ ਸੀ ਤੇ ਗੀਤਾਂ ਦੇ ਅਰਥ ਕਰਵਾਏ ਸਨ। ਭਾਵ ਸਤਿਗੁਰੂ ਜੀ ਦੀ ਮਿਹਰ ਦੀ ਕਲਾ ਵਰਤੀ ਸੀ, ਛੜੀ ਦਾ ਤਾਂ ਇੱਕ ਬਹਾਨਾ ਹੀ ਸੀ ਤੇ ਉਹ ਛੜੀ ਆਪਣੇ ਹੱਥ ਵਿਚ ਕਦੀ ਸੱਜੇ ਤੇ ਕਦੀ ਖੱਬੇ ਘੁਮਾਉਂਦੇ ਹਨ। ਮਾਰਗ ਮਹੇ ਰਤ ਨਰ ਨਾਰੀ ਇਸਤਰੀ ਪੁਰਸ਼ ਜੋ ਸਾਧ ਸੰਗਤ ਜੀ ਜੀਟੀ ਰੋਡ ਸ਼ੇਰ ਸਾਹ ਸੂਰੀ ਮਾਰਗ ਅੱਜ ਕੱਲ ਦਿੱਲੀ ਨੂੰ ਜਾ ਰਿਹਾ ਹੈ ਅੰਬਾਲੇ ਤੋਂ, ਇਹਦੇ ਉੱਤੇ ਜਿਹੜੇ ਲੋਕ ਆ ਆ ਕੇ ਖੜ ਜਾਂਦੇ ਹਨ ਕਿ ਗੁਰੂ ਸਾਹਿਬ ਦੀ ਸਵਾਰੀ ਆ ਰਹੀ ਭਾਈ ਦਰਸ਼ਨ ਕਰ ਲੋ, ਫੁੱਲਾਂ ਦੀ ਵਰਖਾ ਕਰਦੇ ਹਨ ਲੋਕ ਤੇ ਮਹਾਰਾਜ ਦੇ ਦਰਸ਼ਨ ਕਰਦੇ ਹਨ ਪਿੰਡਾਂ ਸ਼ਹਿਰਾਂ ਦੇ ਲੋਕ। ਬਾਲਕ ਰੂਪ ਹੋਤ ਬਲਿਹਾਰੀ ਮਹਾਰਾਜ ਦਾ ਬਾਲ ਸਰੂਪ ਹੈ, ਸਾਢੇ ਕੁ ਪੰਜ ਸਾਲ ਛੇ ਸਾਲ ਦੀ ਉਮਰ ਹੈ ਤੇ ਬਾਲ ਸਰੂਪ ਸਤਿਗੁਰੂ ਜੀ ਨੂੰ ਵੇਖ ਵੇਖ ਕੇ ਸੰਗਤਾਂ ਬਲਿਹਾਰ ਬਲਿਹਾਰ ਜਾਂਦੀਆਂ ਹਨ। ਇੱਕ ਦਿਵਸ ਮਗ ਚਲ ਬੋ ਰਹੇ ਹੋ, ਇੱਕ ਦਿਨ ਰਹਿ ਗਿਆ ਰਸਤਾ, ਬਾਕੀ ਸਾਰਾ ਪਿੰਡਾ ਤੈਅ ਕਰ ਲਿਆ, ਸਿਰਫ ਇੱਕ ਮੰਜ਼ਿਲ ਦਿੱਲੀ ਤੋਂ ਉਰੇ ਕਹਿ ਲੋ ਵੀ ਸੋਹਣੀ ਪਦ ਦੇ ਲਾਗੇ ਸਤਿਗੁਰੂ ਜੀ ਨੇ ਪੜਾ ਕੀਤਾ ਹੈ। ਜੈ ਸਿੰਘ ਦੂਤ ਆਨ ਤਬ ਕਹੇ ਹੋ, ਰਾਜਾ ਜੈ ਸਿੰਘ ਦਾ ਦੂਤ ਉਥੇ ਮਹਾਰਾਜ ਨੂੰ ਆ ਕੇ ਕਹਿਣ ਲੱਗਾ, ਲਿਖ ਸਦ ਮੈਂ ਅਬ ਪਠਾ ਅਗਾਰੀ, ਸਤਿਗੁਰੂ ਜੀ ਹੁਣ ਕੱਲ ਨੂੰ ਆਪਾਂ ਦਿੱਲੀ ਸ਼ਹਿਰ ਵਿਚ ਪਹੁੰਚ ਜਾਣਾ ਹੈ, ਇਸ ਕਰਕੇ ਮੈਂ ਆਪ ਜੀ ਦੇ ਆਉਣ ਦੀ ਖਬਰ ਰਾਜਾ ਜੀ ਨੂੰ ਲਿਖ ਕੇ ਭੇਜ ਦਿੰਦਾ ਹਾਂ। ਸੁਨਹਿ ਨਿਰਪਤ ਹੈ ਹਰਖਤ ਭਾਰੀ, ਜਦੋਂ ਰਾਜਾ ਜੈ ਸਿੰਘ ਨੂੰ ਪਤਾ ਲੱਗੇਗਾ ਕਿ ਆਪ ਜੀ ਆ ਪਹੁੰਚੇ ਹੋ ਤੇ ਰਾਜਾ ਜੈ ਸਿੰਘ ਨੂੰ ਬੜੀ ਖੁਸ਼ੀ ਹੋਵੇਗੀ, ਉਹ ਆਪ ਜੀ ਨੂੰ ਅੱਗੋਂ ਦੀ ਲੈਣ ਵੀ ਆਵੇਗਾ। ਰਾਵਰ ਕੇ ਆਵਹਿ ਅਗਵਾਈ, ਰਾਜਾ ਆਪ ਜੀ ਦਾ ਸਵਾਗਤ ਕਰਨ ਲਈ ਅੱਗੋਂ ਦੀ ਆ ਕੇ ਮਿਲੇਗਾ ਤੇ ਦਿੱਲੀ ਦੀਆਂ ਸੰਗਤਾਂ ਵੀ ਸਾਰੀਆਂ ਆਉਣਗੀਆਂ। ਸਾਦਰ ਰੱਖ ਹੈ ਅਦਕ ਬਡਾਈ, ਕਿਉਂਕਿ ਆਪ ਜੀ ਦਾ ਜੋ ਰੁਤਬਾ ਹੈ ਉਹ ਬਹੁਤ ਵੱਡਾ ਹੈ, ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਗੱਦੀ ਦੇ ਮਾਲਕ ਹੋ, ਆਪ ਤਿੰਨਾਂ ਲੋਕਾਂ ਦੇ ਮਾਲਕ ਹੋ, ਆਪ ਜੀ ਦਾ ਮਾਣ ਸਤਿਕਾਰ ਰਾਜਾ ਰੱਖੇਗਾ। ਬਟ ਸਮਾਜ ਸੋ ਪੁਰੀ ਪਰਵੇਸ਼ ਹੈ, ਕਹਿੰਦੇ ਆਪਣੇ ਰਾਜ ਸਾਜ ਦੇ ਨਾਲ ਸਾਜੋ ਸਮਾਨ ਦੇ ਨਾਲ ਆਪ ਜੀ ਜਦੋਂ ਹਾਥੀਆਂ ਘੋੜਿਆਂ ਦੇ ਨਾਲ ਸੰਗਤਾਂ ਦੇ ਨਾਲ ਆਪਣੀਆਂ ਫੌਜਾਂ ਦੇ ਨਾਲ ਆਓਗੇ, ਉਧਰੋਂ ਰਾਜਾ ਵੀ ਉਸੇ ਤਰ੍ਹਾਂ ਵਾਜਿਆਂ ਗਾਜਿਆਂ ਨਾਲ ਸਵਾਗਤ ਕਰਨ ਆਵੇਗਾ। ਦਰਸਹਿ ਤੁਮਕੋ ਸਿੱਖੇ ਅਸ਼ੇਸ਼ ਹੈ, ਔਰ ਦਿੱਲੀ ਦੀਆਂ ਲੱਖਾਂ ਸੰਗਤਾਂ ਆਪ ਜੀ ਦੇ ਦਰਸ਼ਨ ਕਰਨਗੀਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ। ਸੁਣ ਸਤਿਗੁਰ ਨੇ ਬਚ ਫੁਰਮਾਇਓ, ਰਾਜੇ ਜੈ ਸਿੰਘ ਦੇ ਪ੍ਰਧਾਨ ਮੰਤਰੀ ਦੀ ਗੱਲ ਸੁਣ ਕੇ ਮਹਾਰਾਜ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਆਗਿਆ ਕੀਤੀ ਹੈ, ਮਤ ਹਮ ਰੋਜਮ ਤੁਮ ਲਖ ਪਾਇਓ। ਦੇਖੋ ਮੰਤਰੀ ਜੀ, ਸਾਡੇ ਮਤੇ ਬਾਰੇ ਤੁਹਾਨੂੰ ਪਤਾ ਹੀ ਹੈ, ਅਸੀਂ ਆਉਣਾ ਨਹੀਂ ਸੀ ਪਰ ਰਾਜੇ ਦਾ ਪ੍ਰੇਮ ਦੇਖ ਕੇ ਆਏ ਹਾਂ, ਅਸੀਂ ਬਾਦਸ਼ਾਹ ਦੇ ਮੱਥੇ ਨਹੀਂ ਲੱਗਣਾ, ਉਸ ਮਲੇਸ਼ ਦੇ ਦਰਸ਼ਨ ਅਸੀਂ ਨਹੀਂ ਕਰਨੇ। ਤੈਸੇ ਤਹਾ ਜਾਏ ਤੁਮ ਭਖ, ਜੋ ਸਾਡਾ ਮਤਾ ਹੈ ਉਹ ਤੁਹਾਨੂੰ ਪਹਿਲਾਂ ਸਾਫ ਕਲੀਅਰ ਦੱਸਿਆ ਹੋਇਆ ਹੈ, ਉਹਦੇ ਵਿਚ ਕੋਈ ਬਦਲਾਵ ਨਹੀਂ ਆ ਸਕਦਾ, ਇਸ ਕਰਕੇ ਰਾਜੇ ਨੂੰ ਪਹਿਲਾਂ ਦੱਸ ਦਿਓ ਵੀ ਕਿਤੇ ਬਾਦਸ਼ਾਹ ਜਾਂ ਉਹਦੇ ਬੰਦੇ ਸਾਡੇ ਮੱਥੇ ਨਾ ਲੱਗਣ। ਪ੍ਰਣ ਪੂਰਨ ਕੋ ਔਰ ਅਭਿਲਾਖ ਹੈ, ਇਹ ਸਾਡਾ ਪ੍ਰਣ ਕੀਤਾ ਹੋਇਆ ਵੀ ਅਸੀਂ ਉਸ ਪਾਪੀ ਬੰਦੇ ਦੇ ਖਾਸ ਕਰਕੇ ਔਰੰਗਜ਼ੇਬ ਦੇ ਦਰਸ਼ਨ ਨਹੀਂ ਕਰਨੇ, ਜਿਸ ਨੇ ਆਪਣੇ ਭਾਈਆਂ ਨੂੰ ਤੇ ਆਪਣੇ ਪਿਤਾ ਨੂੰ ਵੀ ਕਤਲ ਕੀਤਾ ਹੈ।
ਔਰ ਬੜੇ ਬੜੇ ਸਾਧੂ ਸੰਤ ਮਹਾਤਮਾ ਮਹਾਂਪੁਰਸ਼ਾਂ ਨੂੰ ਕਤਲ ਕੀਤਾ ਹੈ। ਤੁਰਕੇ ਸੁਰਸੋ ਮਿਲ ਹਨ ਜੈਸੇ, ਅਸੀਂ ਔਰੰਗਜ਼ੇਬ ਨੂੰ ਨਹੀਂ ਮਿਲਣਾ, ਓਹਦੇ ਦਰਸ਼ਨ ਨਹੀਂ ਕਰਨੇ। ਉਚਿਤ ਕਰਨ ਕੋ ਤੁਮ ਹੋ ਤੈਸੇ, ਅੱਗੇ ਰਾਜਾ ਜੀ ਤੁਸੀਂ ਕਰਨਾ ਹੈ ਸਾਰਾ ਬੰਦੋਬਸਤ, ਜਿਵੇਂ ਤੁਹਾਨੂੰ ਲੱਗਦਾ ਤੁਸੀਂ ਕਰੋ, ਪਰ ਜਿਹੜੀ ਗੱਲ ਔਰੰਗਜ਼ੇਬ ਨੂੰ ਮਿਲਣ ਵਾਲੀ ਹੈ ਉਹ ਨੀ ਸਾਡੇ ਸਾਹਮਣੇ ਕਰਨੀ ਕਿਸੇ ਨੇ ਵੀ। ਆਪ ਜਾਏ ਸਮਝਾਵਹ ਰਾਜਾ, ਤੁਸੀਂ ਮੰਤਰੀ ਜੀ ਆਪ ਆਪਣੇ ਰਾਜੇ ਨੂੰ ਜਾ ਕੇ ਪੱਕਾ ਕਰ ਦਿਓ, ਸਮਝਾ ਦਿਓ। ਹਮ ਆਵਤ ਲੈ ਮਿਲੋ ਸਮਾਜਾ, ਅਸੀਂ ਆ ਰਹੇ ਹਾਂ ਬਸ, ਕੱਲ ਨੂੰ ਦਿੱਲੀ ਦੇ ਵਿੱਚ ਪ੍ਰਵੇਸ਼ ਕਰਾਂਗੇ। ਰਾਜੇ ਨੂੰ ਕਹਿ ਦਿਓ ਕਿ ਉਹ ਅੱਗੋਂ ਦੀ ਆ ਕੇ ਮਿਲ ਸਕਦਾ ਹੈ। ਗੁਰਸੰਗਤ ਕੋ ਦੇ ਸੁਣਾਈ, ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜਿਹੜੀ ਸੰਗਤ ਦਿੱਲੀ ਵਿੱਚ ਹੈ ਉਹਨਾਂ ਨੂੰ ਵੀ ਖਬਰ ਕਰ ਦਿਓ, ਉਹ ਵੀ ਆ ਕੇ ਸਾਡੇ ਦਰਸ਼ਨ ਕਰ ਸਕਦੀਆਂ ਨੇ ਸੰਗਤਾਂ। ਮੁਖੇ ਮਸੰਦ ਮਿਲ ਹੈ ਸਭ ਆਈ, ਜਿਹੜੇ ਦਿੱਲੀ ਦੇ ਮਸੰਦ ਹਨ ਮੁਖੀ ਹਨ ਉਹ ਵੀ ਆ ਕੇ ਮਿਲਣ। ਇਸ ਤਰ੍ਹਾਂ ਜਦੋਂ ਸਤਿਗੁਰੂ ਮਹਾਰਾਜ ਜੀ ਨੇ ਆਗਿਆ ਦਿੱਤੀ, ਭਾਈ ਰਾਜਾ ਜੈ ਸਿੰਘ ਦੇ ਮੰਤਰੀ ਨੂੰ ਸਮਝਾ ਦਿੱਤੀ ਸਾਰੀ ਮਰਜ਼ਾਦਾ, ਦੂਤ ਤਿਆਰ ਹੋਇਆ ਚਲਬੇ ਕੀਨਸ, ਤੇ ਰਾਜੇ ਦਾ ਦੂਤ ਉਸੇ ਵੇਲੇ ਤਿਆਰ ਹੋ ਕੇ ਰਾਜੇ ਵੱਲ ਤੁਰ ਪਿਆ ਖਬਰ ਦੇਣ ਲਈ ਵੀ ਗੁਰੂ ਸਾਹਿਬ ਜੀ ਆ ਗਏ ਹਨ। ਪੰਥ ਵਿਸਾਲ ਉਲੰਘ ਉਦਾਲ, ਉਹ ਬੜੀ ਛੇਤੀ ਨਾਲ ਸਾਰਾ ਪਿੰਡ ਉਲੰਘ ਕੇ ਪੁਰਮਹ ਪਹੁੰਚਿਓ ਆਨੰਦ ਨਾਲ, ਰਾਜੇ ਜੈ ਸਿੰਘ ਦੇ ਕੋਲ ਬੰਗਲੇ ਸਾਹਿਬ ਜਾ ਪਹੁੰਚਿਆ ਹੈ। ਜਾਏ ਮਿਲਿਓ ਜੈ ਸਿੰਘ ਸਵਾਈ, ਰਾਜੇ ਜੈ ਸਿੰਘ ਨੂੰ ਜਾ ਕੇ ਮਿਲਿਆ ਹੈ। ਸਕਲ ਹਕੀਕਤ ਕਥਤ ਔਰ ਸਾਰੀ ਹਕੀਕਤ ਮਹਾਰਾਜ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਆਉਣ ਦੀ ਰਾਜੇ ਜੈ ਸਿੰਘ ਨੂੰ ਸੁਣਾਈ ਹੈ। ਮਹਾਰਾਜ ਸੁਣ ਮੇਰੀ ਬਾਤ, ਉਹਨੇ ਆਖਿਆ ਮਹਾਰਾਜ ਜੈ ਸਿੰਘ ਜੀ ਆਪ ਸੁਣੋ ਮੇਰੀ ਬੇਨਤੀ। ਰਾਵਰ ਭਾਗ ਮਹਿਤ ਬਖਿਆਤ, ਹਾਂ ਮਹਾਰਾਜ ਰਾਜਾ ਜੈ ਸਿੰਘ ਜੀ ਆਪ ਜੀ ਦੇ ਬੜੇ ਵੱਡੇ ਭਾਗ ਹਨ, ਆਪ ਜੀ ਦੀ ਬੜੀ ਵੱਡੀ ਬਹੁਤ ਵੱਡੀ ਸਮਝੋ ਕਿਸਮਤ ਖੁੱਲੀ ਹੈ ਕਿ ਤੁਹਾਡੇ ਘਰ ਦੀ ਦੁਨੀਆਂ ਦੇ ਮਾਲਕ ਅੱਠਵੇਂ ਪਾਤਸ਼ਾਹ ਹਜ਼ੂਰ ਆਪ ਚੱਲ ਕੇ ਆ ਰਹੇ ਹਨ। ਬਹੁਤ ਵਾਰ ਪੂਰਬ ਪਤਿਆਇਓ, ਬਹੁਤ ਵਾਰ ਉਹਨਾਂ ਦੀ ਸ਼ਕਤੀ ਅਸੀਂ ਪਹਿਲਾਂ ਵੀ ਪਤਿਆ ਚੁੱਕੇ ਹਾਂ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਵਰਗਾ ਮਹਾਂਪੁਰਸ਼ ਸ਼ਕਤੀਸ਼ਾਲੀ ਗੁਰੂ ਕੋਈ ਦੇਖਿਆ ਨਹੀਂ ਹੈ। ਅਨਬਨ ਕਾਰਜ ਵੀ ਬਣ ਜਾਇਓ, ਉਹਨਾਂ ਦੀ ਕਿਰਪਾ ਨਾਲ ਤੇ ਜਿਹੜੇ ਕੰਮ ਨਹੀਂ ਹੋ ਸਕਦੇ ਉਹ ਵੀ ਹੋ ਸਕਦੇ, ਜਿੱਧਰ ਉਹਨਾਂ ਦੀ ਨਜ਼ਰ ਸਵੱਲੀ ਹੋ ਜਾਵੇ ਉਹ ਮਿੱਟੀ ਨੂੰ ਸੋਨਾ ਬਣਾ ਸਕਦੇ ਹੈ, ਉਹ ਗੂੰਗਿਆਂ ਤੋਂ ਗੀਤਾ ਦੇ ਅਰਥ ਕਰਾ ਸਕਦੇ ਹੈ, ਉਹ ਮਰਿਆਂ ਨੂੰ ਜਿਵਾ ਸਕਦੇ ਹੈ ਤੇ ਉਹ ਭਿਖਾਰੀਆਂ ਨੂੰ ਰਾਜੇ ਬਣਾ ਸਕਦੇ, ਉਹਨਾਂ ਦੀ ਸ਼ਕਤੀ ਬਹੁਤ ਵੱਡੀ ਹੈ। ਪਰ ਉਹ ਇਧਰ ਦਿੱਲੀ ਆਉਣਾ ਨਹੀਂ ਸੀ ਚਾਹੁੰਦੇ, ਉਹਨਾਂ ਦੀ ਕੋਈ ਇੱਛਾ ਨਹੀਂ ਸੀ ਦਿੱਲੀ ਆਉਣ ਦੀ। ਜਿੰਨਾ ਮਰਜ਼ੀ ਕੋਈ ਕਹਿ ਲੈਂਦਾ ਉਹ ਨਹੀਂ ਸੀ ਆਉਂਦੇ, ਕਿਉਂਕਿ ਉਹਨਾਂ ਨੂੰ ਕੋਈ ਲਾਲਚ ਤਾਂ ਹੈ ਨੀ, ਨਾ ਉਹਨਾਂ ਨੂੰ ਕਿਸੇ ਪੈਸੇ ਟਕੇ ਦਾ ਲਾਲਚ ਹੈ, ਨਾ ਮਾਣ ਵਡਿਆਈ ਦਾ ਲਾਲਚ ਹੈ। ਰੱਬ ਦੇ ਬੰਦੇ ਰੱਬ ਨਾਲ ਜੁੜੇ ਰਹਿੰਦੇ ਆ, ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਕੋਈ ਪਰਵਾਹ ਨਹੀਂ ਹੁੰਦੀ। ਸੋ ਮਹਾਰਾਜ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ
ਕਿਸੇ ਤਰ੍ਹਾਂ ਦਾ ਵੀ ਕੋਈ ਲੋਭ ਲਾਲਚ ਦਿੱਲੀ ਆਉਣ ਦਾ ਨਹੀਂ ਸੀ। ਸੋ ਤੁਮ ਨਾਮ ਸੁਣਤ ਚੱਲ ਆਏ। ਸਿਰਫ ਰਾਜਾ ਜੈ ਸਿੰਘ ਜੀ ਤੁਹਾਡਾ ਨਾਂ ਸੁਣ ਕੇ, ਤੁਹਾਡਾ ਪ੍ਰੇਮ ਸੁਣ ਕੇ ਮਹਾਰਾਜ ਤੁਹਾਨੂੰ ਦਰਸ਼ਨ ਦੇਣ ਲਈ ਚੱਲ ਆਏ ਹਨ। ਦੀਨ ਦੁਨੀ ਜੋ ਹੋਤ ਸਹਾਏ। ਐਸੇ ਸਤਿਗੁਰੂ ਜਿਹੜੇ ਦੀਨ ਦੁਨੀਆ ਚ ਦੋਵਾਂ ਜਹਾਨਾਂ ਚ ਆਪਣੇ ਸਿੱਖਾਂ ਨੂੰ ਸਹਾਇਤਾ ਦੇਣ ਵਾਲੇ ਹਨ। ਸਤਿਗੁਰ ਸਿੱਖ ਹਲਤ ਪਲਤ ਸਵਾਰ ਹੈ, ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰ ਹੈ। ਆਪਣੇ ਸਿੱਖਾਂ ਦਾ ਲੋਕ ਪਰਲੋਕ ਸਵਾਰਨ ਵਾਲੇ ਹਨ। ਆਵਨ ਕਹੋ ਕਾਰਨ ਭਾਰੀ। ਉਹਨਾਂ ਦਾ ਇੱਥੇ ਨਾਂ ਆਉਣ ਦਾ ਜਿਹੜਾ ਕਾਰਨ ਉਹ ਵੀ ਬੜਾ ਵੱਡਾ ਹੈ। ਉਹ ਕਿਉਂ ਨਹੀਂ ਸੀ ਦਿੱਲੀ ਆਉਣਾ ਚਾਹੁੰਦੇ ਇਹ ਵੀ ਦੱਸਦੇ ਹਾਂ। ਸੁਣੋ ਆਪ ਮੈਂ ਕਰੋ ਉਚਾਰੀ। ਇਹ ਰਾਜਾ ਜੀ ਮੈਂ ਆਪ ਜੀ ਨੂੰ ਦੱਸਾਂ ਵੀ ਗੁਰੂ ਸਾਹਿਬ ਕਿਉਂ ਨਹੀਂ ਸੀ ਆਉਣਾ ਚਾਹੁੰਦੇ ਦਿੱਲੀ। ਨਹਾ ਮਲੇਸ਼ ਕੋ ਦਰਸ਼ਨ ਲੈਣਾ। ਉਹ ਕਹਿੰਦੇ ਅਸੀਂ ਮਲੇਸ਼ ਦਾ ਔਰੰਗਜ਼ੇਬ ਦਾ ਮੂੰਹ ਨਹੀਂ ਵੇਖਣਾ ਚਾਹੁੰਦੇ, ਉਹਦਾ ਦਰਸ਼ਨ ਨਹੀਂ ਕਰਨਾ ਚਾਹੁੰਦੇ। ਨਿਕਟ ਜਾਏ ਆਪਣੋ ਨਹ ਦੇਣਾ। ਤੇ ਉਹਦੇ ਕੋਲ ਜਾ ਕੇ ਉਹਨੂੰ ਆਪਣਾ ਦਰਸ਼ਨ ਦੇਣਾ ਵੀ ਨਹੀਂ, ਔਰੰਗਜ਼ੇਬ ਦੇ ਦਰਸ਼ਨ ਕਰਨੇ ਨਹੀਂ ਤੇ ਔਰੰਗਜ਼ੇਬ ਨੂੰ ਦਰਸ਼ਨ ਦੇਣੇ ਨਹੀਂ। ਇਹ ਮਹਾਰਾਜ ਸਾਹਿਬ ਜੀ ਦਾ ਪ੍ਰਣ ਕੀਤਾ ਹੋਇਆ ਸੀ। ਪ੍ਰਥਮ ਕੀਓ ਪ੍ਰਣ ਸ਼੍ਰੀ ਹਰਿ ਰਾਏ। ਪਹਿਲਾਂ ਇਹ ਉਹਨਾਂ ਦੇ ਪਿਤਾ ਜੀ ਸੱਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਨੇ ਪ੍ਰਣ ਕੀਤਾ ਸੀ, ਉਹੀ ਪਰਣ ਹੁਣ ਉਹਨਾਂ ਦੇ ਪੁੱਤਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਵੀ ਕਰ ਲਿਆ ਹੈ। ਦੇਹ ਅੰਤਲਾ ਸੋ ਨਿਭਾਏ। ਉਹ ਮਹਾਰਾਜ ਆਪਣਾ ਪਰਣ ਜਿਹੜਾ ਹੈ ਨਿਭਾ ਗਏ ਹਨ। ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਆਪਣੇ ਅਖੀਰਲੇ ਸਵਾਸਾਂ ਤੱਕ ਨਿਭਾ ਗਏ ਹਨ, ਦੇਹ ਅੰਤ ਤੱਕ ਨਿਭਾ ਗਏ ਹਨ। ਗੱਦੀ ਬੈਠ ਇਨਹੋ ਪ੍ਰਣ ਕੀਨਾ। ਤੇ ਗੱਦੀ ਤੇ ਬਹਿ ਕੇ ਇਹਨਾਂ ਨੇ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਵੀ ਉਹੀ ਪ੍ਰਣ ਕਰ ਲਿਆ ਜਿਹੜਾ ਮਹਾਰਾਜ ਸਾਹਿਬ ਸ੍ਰੀ ਗੁਰੂ ਸਤਿਗੁਰੂ ਸੱਤਵੇਂ ਪਾਤਸ਼ਾਹ ਜੀ ਕਰ ਗਏ ਨਿਭਾ ਗਏ ਹਨ। ਪਿਤ ਸਮਝ ਨਿਰਬਾਹ ਪ੍ਰਬੀਨਾ। ਕਹਿੰਦੇ ਜਿਵੇਂ ਮਹਾਰਾਜ ਸੱਜੇ ਪਾਤਸ਼ਾਹ ਜੀ ਨੇ ਆਪਣਾ ਪਿਤਾ ਜੀ ਨੇ ਨਿਭਾਇਆ ਸੀ ਨਾ, ਗੁਰੂ ਹਰਿਰਾਏ ਸਾਹਿਬ ਜੀ ਨੇ ਆਪਣਾ ਨੇਮ ਨਿਭਾਇਆ ਸੀ, ਓਦਾਂ ਹੀ ਇਹਨਾਂ ਨੇ ਵੀ ਆਪਣਾ ਨੇਮ ਨਿਭਾਇਆ ਹੈ। ਕਿਮਹੁ ਕਰਤ ਇਤ ਆਵਤ ਨਾਹੀ। ਕਹਿੰਦੇ ਕਿਸੇ ਤਰ੍ਹਾਂ ਵੀ ਮਹਾਰਾਜ ਇਧਰ ਆਉਣਾ ਨਹੀਂ ਸੀ ਚਾਹੁੰਦੇ। ਜਾਏ ਪਰਵੇਸ਼ਤ ਜੰਗਲ ਮਾਹੀ। ਓਦਾਂ ਕਿਤੇ ਜੰਗਲਾਂ ਵਿਚ ਭਾਵੇਂ ਚਲੇ ਜਾਂਦੇ ਪਰ ਦਿੱਲੀ ਨਹੀਂ ਸੀ ਆਉਣਾ ਉਹਨਾਂ ਨੇ। ਮੈਂ ਤਾਂ ਮਰੀਦਿਸ਼ ਤੇ ਕਹਿ ਪ੍ਰੇਮ। ਮੈਂ ਤੁਹਾਡੇ ਵੱਲੋਂ ਬੇਨਤੀਆਂ ਕੀਤੀਆਂ ਵੀ ਰਾਜਾ ਬੜਾ ਪ੍ਰੇਮੀ ਹੈ ਤੇ ਆਪ ਜੀ ਦੇ ਦਰਸ਼ਨ ਕਰਨੇ ਲੋੜਦਾ ਹੈ। ਕਰ ਦਰਸ਼ਨ ਚਾਹਤ ਤੇ ਆਪ ਜੀ ਦੇ ਦਰਸ਼ਨ ਕਰਕੇ ਕਲਿਆਣ ਮੁਕਤੀ ਪਾਣੀ ਜਾਂਦਾ ਹੈ। ਬਾਰ ਬਾਰ ਨਿਰਭ ਬੰਧਨ ਠਾਨੀ। ਤੇ ਆਪ ਜੀ ਦੇ ਚਰਨਾਂ ਵਿਚ ਰਾਜੇ ਨੇ ਬਾਰ ਬਾਰ ਮੱਥਾ ਟੇਕ ਕੇ ਬੇਨਤੀ ਕੀਤੀ ਵੀ ਇੱਕ ਵਾਰੀ ਦਿੱਲੀ ਆ ਜਾਓ ਤੇ ਦਿੱਲੀ ਆ ਕੇ ਤੁਹਾਨੂੰ ਕੋਈ ਕਿਸੇ ਤਰ੍ਹਾਂ ਮਜਬੂਰ ਨਹੀਂ ਕਰੇਗਾ, ਜੋ ਤੁਸੀਂ ਆਪਣੀ ਮਰਜ਼ੀ ਨਾਲ ਕਰਨਾ ਚਾਹੋ ਉਹ ਕਰੋਗੇ। ਪਰ ਉਹ ਪੈਜ ਮੈਂ ਜਥਾ ਬਖਾਨੀ। ਬਸ ਇਹੀ ਬੇਨਤੀ ਕੀਤੀ ਵੀ ਸਾਡੀ ਲਾਜ ਰੱਖ ਲੋ, ਸਾਨੂੰ ਕਿਰਪਾ ਕਰਕੇ ਦਿੱਲੀ ਆ ਕੇ ਦਰਸ਼ਨ ਬਖਸ਼ ਦਿਓ ਜੀ। ਸ਼ਾਹ ਨਿਕਟ ਸਭ ਮੈਂ ਕਰ ਆਇਆ ਹਾਂ। ਤੋ ਮੈਂ ਰਾਜਾ ਜੈ ਸਿੰਘ ਵੱਲੋਂ ਬੇਨਤੀ ਕੀਤੀ ਵੀ ਮੈਂ ਬਾਦਸ਼ਾਹ ਦੀ ਕਚਹਿਰੀ ਚ ਬਾਦਸ਼ਾਹ ਨਾਲ ਪਰਣ ਕਰ ਆਇਆ, ਵਾਅਦਾ ਕਰ ਆਇਆ ਵੀ ਮੈਂ ਗੁਰੂ ਜੀ ਨੂੰ ਲੈ ਕੇ ਆਵਾਂਗਾ ਦਿੱਲੀ ਵਿਚ। ਦੀਨ ਬੰਦ ਤੁਮ ਬਿਰਧ ਸਦਾਇਆ ਹੋ। ਤੇ ਮਹਾਰਾਜ ਸਾਡਾ ਹੁਣ ਕੀਤਾ ਬੋਲ ਤੁਸੀਂ ਪੂਰਾ ਕਰ ਸਕਦੇ ਹੋ, ਤੁਸੀਂ ਦੀਨਾ ਬੰਧੂ ਹੋ, ਤੁਹਾਡਾ ਬਿਰਧ ਹੈ, ਤੁਸੀਂ ਕਿਰਪਾ ਕਰਕੇ ਇੱਕ ਤਾਂ ਦਿੱਲੀ ਵਿਚ ਆ ਕੇ ਸਾਡੀ ਲਾਜ ਰੱਖ ਲਓ
ਤੇ ਦੂਜਾ ਮਹਾਰਾਜ ਸਾਨੂੰ ਦਰਸ਼ਨ ਦੇ ਕੇ ਲੋਕ ਪਰਲੋਕ ਸੁਖੀ ਸੁਹੇਲਾ ਕਰ ਦਿਓ। ਇੱਕ ਵਾਰ ਪਰ ਤਰਸ ਦਿਖਾਵਾ, ਇੱਕ ਵਾਰੀ ਦਿੱਲੀ ਚ ਚਰਨ ਪਾ ਦਿਓ, ਦਿੱਲੀ ਚ ਦਰਸ਼ਨ ਦੇ ਦਿਓ। ਪੰਚਤ ਚਾਹਤ ਥਾ ਸੁਖ ਪਾਵਾ, ਫਿਰ ਜਿਵੇਂ ਤੁਹਾਡੀ ਮਰਜ਼ੀ ਹੈ, ਜਿੱਥੇ ਰਹਿਣਾ ਚਾਹੋ, ਜਿੱਥੇ ਆਉਣਾ ਚਾਹੋ, ਜਾਣਾ ਚਾਹੋ, ਤੁਹਾਨੂੰ ਕੋਈ ਪਾਬੰਦੀ ਨਹੀਂ ਹੋਵੇਗੀ। ਮਿਲਣ ਸ਼ਾਹ ਸੋ ਰਾਵਰ ਮਰਜ਼ੀ, ਆਪ ਜੀ ਦੀ ਮਰਜ਼ੀ ਹੈ ਵੀ ਬਾਦਸ਼ਾਹ ਨੂੰ ਮਿਲਣਾ ਚਾਹੋ ਮਿਲ ਲੋ, ਨਹੀਂ ਮਿਲਣਾ ਚਾਹੋ ਅਸੀਂ ਤੁਹਾਨੂੰ ਮਜਬੂਰ ਨਹੀਂ ਕਰਾਂਗੇ। ਹਮਨੇ ਕਹਿ ਬਹਰ ਕੁਛ ਅਰਜ਼ੀ, ਫਿਰ ਅਸੀਂ ਕਿਸੇ ਤਰ੍ਹਾਂ ਦੀ ਕੋਈ ਅਰਜ਼ੀ ਨਹੀਂ ਕਰਾਂਗੇ ਤੁਹਾਡੇ ਚਰਨਾਂ ਚ ਵੀ ਜਬਰਦਸਤੀ ਕਿ ਗੁਰੂ ਸਾਹਿਬ ਜਰੂਰ ਹੀ ਮਿਲੋ ਬਾਦਸ਼ਾਹ ਨੂੰ, ਤੁਹਾਡੀ ਮਰਜ਼ੀ ਹੋਏਗੀ ਮਿਲ ਲਿਆ ਜੇ, ਨਾ ਮਰਜ਼ੀ ਹੋਵੇ ਤੇ ਨਾ ਮਿਲਿਆ ਜੇ। ਇਤਿਆਦਿਕ ਬਹੁ ਕੀਨਸ ਬੇਨਤੀ, ਇਸ ਪ੍ਰਕਾਰ ਦੀ ਮਹਾਰਾਜ ਦੇ ਚਰਨਾਂ ਵਿਚ ਅਸੀਂ ਬੇਨਤੀ ਕੀਤੀ ਤੇ ਮਹਾਰਾਜ ਮੰਨ ਗਏ। ਸੰਤ ਪ੍ਰੇਮ ਤਜ ਦੀਨਸ ਗਿਣਤੀ, ਉਹਨਾਂ ਨੇ ਰਾਜੇ ਦਾ ਪ੍ਰੇਮ ਦੇਖ ਕੇ ਸਾਡੀ ਬੇਨਤੀ ਸੁਣ ਕੇ ਸਾਰੀਆਂ ਗਿਣਤੀਆਂ ਛੱਡ ਤੀਆਂ, ਕਿਉਂਕਿ ਪਰਮੇਸ਼ਰ ਜਿਹੜਾ ਹੈ ਆਪਣੇ ਭਗਤਾਂ ਦੇ ਪ੍ਰੇਮ ਦੇ ਚ ਸਾਰੇ ਨੇਮ ਛੱਡ ਦਿੰਦਾ ਹੈ। ਉਹ ਉੱਥੇ ਪ੍ਰੇਮ ਹੀ ਦੇਖਿਆ ਜਾਂਦਾ ਹੈ। ਪ੍ਰੇਮ ਤਾਂ ਨੇਮ ਕੈਸੋ ਸੁੰਦਰ ਕਹਿਤ ਯਹ ਪ੍ਰੇਮ ਹੀ ਕੀ ਬਾਤ ਹੈ। ਸੁੰਦਰ ਜੀ ਮਹਾਰਾਜ ਬਹੁਤ ਵੱਡੇ ਕਵੀ ਹੋਏ ਨੇ, ਜਿਨ੍ਹਾਂ ਨੇ ਦਾਦੂ ਦੀਨ ਦਿਆਲ ਦੇ ਪੰਥ ਵਿਚ ਉਹ ਰੋਲ ਨਿਭਾਇਆ ਹੈ ਜਿਹੜਾ ਸਾਧ ਸੰਗਤ ਜੀ ਗੁਰੂ ਨਾਨਕ ਦੇ ਪੰਥ ਭਾਈ ਗੁਰਦਾਸ ਜੀ ਨੇ ਨਿਭਾਇਆ। ਭਾਈ ਸਾਹਿਬ ਗੁਰਦਾਸ ਜੀ ਦੇ ਵੀ ਕਵਿਤ ਸਵਈਏ ਬਹੁਤ ਕਮਾਲ ਹਨ ਤੇ ਸੁੰਦਰ ਜੀ ਦੇ ਕਵਿਤ ਸਵਈਏ ਸੁੰਦਰ ਬਿਲਾਸ ਗ੍ਰੰਥ ਵਿਚ ਹਨ। ਉਹਨਾਂ ਨੇ ਹਰ ਵਿਸ਼ੇ ਤੇ ਗੱਲ ਕੀਤੀ ਹੈ। ਇਹ ਵੀ ਉਹਨਾਂ ਨੇ ਲਿਖਿਆ ਹੈ ਕਿ ਪ੍ਰੇਮ ਤਾਂ ਨੇਮ ਕੈਸੋ, ਜਿੱਥੇ ਪ੍ਰੇਮ ਹੈ ਉੱਥੇ ਨੇਮ ਕਾਹਦਾ, ਨੇਮ ਹੁੰਦਾ ਹੀ ਨਹੀਂ ਉੱਥੇ। ਸੁੰਦਰ ਕਹਿਤ ਜਹ ਪ੍ਰੇਮ ਹੀ ਕੀ ਬਾਤ ਹੈ, ਬਸ ਪ੍ਰੇਮ ਦੀ ਗੱਲ ਤਾਂ ਪ੍ਰੇਮ ਹੀ ਹੈ, ਪ੍ਰੇਮ ਦਾ ਦੂਸਰਾ ਕੋਈ ਤੋੜ ਨਹੀਂ ਹੈ। ਸੋ ਗੁਰੂ ਸਾਹਿਬ ਜੀ ਨੇ ਰਾਜੇ ਦਾ ਪ੍ਰੇਮ ਦੇਖ ਕੇ ਸਾਰੀਆਂ ਗੱਲਾਂ ਛੱਡ ਦਿੱਤੀਆਂ। ਦਾਸ ਸਮਾਨ ਜਾਣ ਕਰ ਆਏ, ਤੁਹਾਨੂੰ ਆਪਣਾ ਸੇਵਕ ਸਮਝ ਕੇ ਤੁਹਾਡਾ ਪ੍ਰੇਮ ਦੇਖ ਕੇ ਆ ਗਏ ਹਨ ਦਿੱਲੀ ਵੱਲ ਸਤਿਗੁਰੂ ਜੀ। ਜਿਨ ਟਿਗ ਨਿਤ ਪਹੁੰਚ ਸਮਦਾਏ, ਜਿਨ੍ਹਾਂ ਦੇ ਕੋਲ ਲੱਖਾਂ ਸੰਗਤਾਂ ਮੱਥਾ ਟੇਕਣ ਕੀਰਤਪੁਰ ਰੋਜ਼ ਆਉਂਦੀਆਂ ਤੇ ਸੰਗਤਾਂ ਨੂੰ ਵੇਹਲ ਹੀ ਨਹੀਂ ਮਿਲਦੀ, ਮਹਾਰਾਜ ਦੇ ਦਰਸ਼ਨਾਂ ਤੋਂ ਬਿਨਾਂ ਸ਼ਾਂਤੀ ਨਹੀਂ ਆਉਂਦੀ, ਉਹ ਸਤਿਗੁਰੂ ਜੀ ਇਨ੍ਹਾਂ ਪਿੰਡਾਂ ਤਹਿ ਕਰਕੇ ਦਿੱਲੀ ਆ ਗਏ ਹਨ। ਸੰਗਤ ਦੇਸ਼ ਵਿਦੇਸ਼ ਹਜ਼ਾਰਾਂ, ਕਿਉਂਕਿ ਗੁਰੂ ਨਾਨਕ ਜੀ ਦੀ ਸੰਗਤ ਦੇਸ਼ਾਂ ਵਿਦੇਸ਼ਾਂ ਹਜ਼ਾਰਾਂ ਦੀ ਤਾਦਾਦ ਲੱਖਾਂ ਦੀ ਤਾਦਾਦ ਵਿਚ ਹੈ, ਜਿਹੜੀਆਂ ਲੱਖਾਂ ਸੰਗਤਾਂ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨਾਂ ਲਈ, ਗੁਰੂ ਸਾਹਿਬ ਅੱਠਵੇਂ ਪਾਤਸ਼ਾਹ ਦੇ ਦਰਸ਼ਨਾਂ ਲਈ ਆਉਂਦੀਆਂ ਰਹਿੰਦੀਆਂ ਹਨ। ਕਰਹਿ ਪ੍ਰੇਮ ਆਨਹਿ ਉਪਹਾਰਨ, ਔਰ ਬੜੇ ਦੂਰੋਂ ਦੂਰੋਂ ਪ੍ਰੇਮ ਨਾਲ ਭੇਟਾਵਾਂ ਲੈ ਕੇ ਆਉਂਦੇ ਹਨ ਸਿੱਖ। ਦਰਬ ਪਦਾਰਥ ਕੇਰ ਅਬਾਰ, ਗੁਰੂ ਮਹਾਰਾਜ ਦੇ ਦਰਬਾਰ ਚ ਮਾਇਆ ਦੇ ਤੇ ਪਦਾਰਥਾਂ ਦੇ ਢੇਰ ਲੱਗੇ ਰਹਿੰਦੇ ਹਨ। ਅਰਪਹਿ ਪਦ ਪੰਕਜ ਸਿਰ ਧਾਰ, ਪ੍ਰੇਮ ਨਾਲ ਸਿੱਖ ਮਹਾਰਾਜ ਦੇ ਚਰਨਾਂ ਵਿਚ ਆਪਣੀਆਂ ਪ੍ਰੇਮ ਭੇਟਾਵਾਂ ਅਰਪਣ ਕਰਦੇ, ਚਰਨਾਂ ਚ ਮੱਥੇ ਟੇਕਦੇ ਹਨ। ਚਤੁਰ ਕੁੰਟ ਕੇ ਸਗਰੇ ਦੇਸ਼, ਹਾਂ ਚੌਹਾਂ ਕੁੰਟਾਂ ਦੇ ਉੱਤਰ ਦੱਖਣ ਪੂਰਬ ਪੱਛਮ ਜਿੰਨੇ ਦੇਸ਼ ਹਨ, ਜਿੰਨੇ ਸੂਬੇ ਹਨ ਹਿੰਦੁਸਤਾਨ ਦੇ, ਮਨ ਹੈ ਜਿਨ ਕੋ ਲਖ ਹੈ ਵਿਸ਼ੇਸ਼, ਸਾਰੀ ਦੁਨੀਆਂ ਗੁਰੂ ਸਾਹਿਬ ਨੂੰ ਪਰਮੇਸ਼ਰ ਦਾ ਰੂਪ ਜਾਣ ਕੇ ਮੰਨਦੀ ਤੇ ਪੂਜਦੀ ਹੈ। ਸਭ ਕੀ ਕਰਹਿ ਕਾਮਨਾ ਪੂਰੀ, ਸਤਿਗੁਰੂ ਅੱਠਵੇਂ ਪਾਤਸ਼ਾਹ ਜੀ ਸਭ ਦੀਆਂ ਮਨੋਕਾਮਨਾ ਪੂਰੀਆਂ ਕਰਦੇ ਹਨ। ਬਾਲਕ ਮੂਰਤ ਮਾਧੁਰ ਰੂਰੀ, ਬੜਾ ਬਾਲ ਸਰੂਪ ਸੁੰਦਰ ਸਰੂਪ ਹੈ,
ਤੇ ਬੇਅੰਤ ਸ਼ਕਤੀਆਂ ਦੇ ਮਾਲਕ ਹਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ। ਕਹਾ ਕਹਾ ਲਗ ਗੁਣ ਕਿਨ ਤੇਰੇ, ਉਹਨਾਂ ਦੇ ਗੁਣ ਕਿਥੋਂ ਤੱਕ ਵਰਣਨ ਕਰੀਏ, ਕਿਹੜੀ ਕਿਹੜੀ ਉਹਨਾਂ ਦੀ ਖੂਬੀ ਦੱਸੀਏ। ਬੇਅੰਤਾ ਬੇਅੰਤ ਗੁਣ ਤੇਰੇ, ਕੇਤਕ ਗਾਵਾ ਰਾਮ, ਤੇਰੇ ਚਰਨਾ ਤੇਰੇ ਚਰਨ ਧੂੜ ਵਡ ਭਾਗੀ ਪਾਵਾਂ ਰਾਮ। ਐਸੇ ਸਤਿਗੁਰੂ ਹਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ। ਸ਼ਬਦ ਸਿੰਧ ਲਗ ਗੁਣੀ ਵਡੇਰੇ, ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਬੇਅੰਤ ਗੁਣਾਂ ਦੇ ਮਾਲਕ ਹਨ, ਜਿਨ੍ਹਾਂ ਦੀ ਮਹਿਮਾ ਖੰਡਾਂ ਬ੍ਰਹਮੰਡਾਂ ਵਿਚ ਸਮੁੰਦਰਾਂ ਦੇ ਟਾਪੂਆਂ ਤੱਕ ਪਸਰੀ ਹੋਈ ਹੈ। ਵੱਡੇ ਭਾਗ ਰਾਹ ਵਰਕੇ ਭਏ, ਰਾਜਾ ਜੀ ਤੁਹਾਡੇ ਵੱਡੇ ਭਾਗ ਹਨ, ਤੁਹਾਡੀ ਕਿਸਮਤ ਚੰਗੀ ਹੈ ਕਿ ਤੁਹਾਡੀ ਇੱਕ ਬੇਨਤੀ ਤੇ ਆ ਗਏ ਹਨ। ਉਹ ਤਾਂ ਪਰਮੇਸ਼ਰ ਐਸੇ ਹਨ ਵੀ ਉਹਨਾਂ ਦੇ ਦਰ ਦੇ ਉੱਤੇ ਲੱਖਾਂ ਸੰਗਤਾਂ ਮੱਥਾ ਟੇਕਣ ਦੇਸਾਂ ਪ੍ਰਦੇਸਾਂ ਤੋਂ ਆਉਂਦੀਆਂ ਰਹਿੰਦੀਆਂ ਹਨ। ਆਏ ਜਸੀਤੇ ਦਰਸ਼ਨ ਦਏ, ਹਾਂ ਤੁਹਾਡੀ ਕੋਈ ਪੂਰਬਲੀ ਕਮਾਈ ਹੋਵੇਗੀ। ਗੁਰਪੂਰਾ ਭੇਟਿਓ ਵੱਡ ਭਾਗੀ, ਵੱਡੇ ਭਾਗਾਂ ਨਾਲ ਤੁਹਾਨੂੰ ਪੂਰੇ ਸਤਿਗੁਰੂ ਮਹਾਰਾਜ ਅੱਠਵੇਂ ਪਾਤਸ਼ਾਹ ਦੇ ਦਰਸ਼ਨ ਹੋ ਰਹੇ ਹਨ। ਰਹੋ ਸਦਾ ਆਇਸ ਅਨੁਸਾਰੀ, ਸਦਾ ਹੀ ਤੁਸੀਂ ਹੁਣ ਉਹਨਾਂ ਦੀ ਆਗਿਆ ਚ ਰਹਿਣਾ, ਇਸ ਗੱਲ ਦਾ ਖਿਆਲ ਰੱਖਣਾ ਵੀ ਜੇ ਉਹ ਆ ਗਏ ਹਨ ਤਾਂ ਸਮਝੋ ਵੀ ਤੁਹਾਡੀ ਕਿਸਮਤ ਚੰਗੀ ਹੈ। ਕੋਈ ਐਸਾ ਕੰਮ ਨਾ ਕਰ ਬਹਿਣਾ ਵੀ ਉਹਨਾਂ ਦੀ ਆਗਿਆ ਦਾ ਉਲੰਘਣ ਹੁੰਦਾ ਹੋਵੇ, ਕੋਈ ਤੁਹਾਥੋਂ ਭੁੱਲ ਹੋ ਜਾਵੇ, ਇਸ ਗੱਲ ਦਾ ਪੂਰਾ ਸੁਚੇਤ ਹੋ ਕੇ ਪਹਿਰਾ ਦੇਣਾ। ਬਿਪਰ ਹੋ ਨਾ ਬਨ ਹਿਤਕਾਰੀ, ਹਾਂ ਉਲਟਾ ਨੀ ਕੋਈ ਕੰਮ ਕਰਨਾ। ਬਿਪਰ ਜੇ ਬਿਪਰ ਦਾ ਅਰਥ ਹੁੰਦਾ ਉਲਟਾ, ਕੋਈ ਉਲਟਾ ਕੰਮ ਗੁਰੂ ਸਾਹਿਬ ਜੀ ਤੋਂ ਨਹੀਂ ਕਰਨਾ। ਜੋ ਉਹਨਾਂ ਦੀ ਮਰਜ਼ੀ ਦੇ ਉਲਟ ਹੋਵੇ ਉਹ ਨਹੀਂ ਕਰਨਾ। ਭਰਾਤਾ ਰਾਮ ਰਾਏ ਸਮਤਾਲ, ਹਾਂ ਭਾਈ ਤੁਹਾਡੇ ਉਹਨਾਂ ਦੇ ਜਿਹੜੇ ਹਨ ਬਾਬਾ ਰਾਮ ਰਾਏ ਜੀ, ਉਹ ਉਹਨਾਂ ਦੀ ਬਰਾਬਰੀ ਕਰਨਾ ਚਾਹੁਣਗੇ, ਕਈ ਤਰ੍ਹਾਂ ਦੀਆਂ ਚਾਲਾਂ ਚੱਲਣਗੇ, ਪਰ ਤੁਸੀਂ ਖਿਆਲ ਰੱਖਣਾ ਹੈ। ਸੋ ਅਜ਼ਮਤ ਕੇ ਸਿੰਧ ਵਿਸਾਲ, ਬਾਬਾ ਰਾਮ ਰਾਏ ਜੀ ਤਾਂ ਸਰੋਵਰ ਹਨ ਤੇ ਇਹ ਸਮੁੰਦਰ ਹਨ ਜਿਹੜੇ ਆਏ ਹਨ। ਬਾਬਾ ਰਾਮ ਰਾਏ ਜੀ ਕੋਲ ਵੀ ਕਰਾਮਾਤਾਂ ਬੜੀਆਂ, ਪਰ ਇੰਨੀਆਂ ਸਮਝ ਲਓ ਵੀ ਜਿੰਨੀਆਂ ਸਰੋਵਰ ਚ ਹੁੰਦੀਆਂ ਹੋਣ, ਤੇ ਗੁਰੂ ਹਰਕ੍ਰਿਸ਼ਨ ਸਾਹਿਬ ਵਿਚ ਇੰਨੀਆਂ ਜਿੰਨੀਆਂ ਸਮੁੰਦਰ ਚ ਹੁੰਦੀਆਂ ਹੋਣ। ਹਾਂਜੀ, ਲੱਖ ਪ੍ਰੰਤ ਧੀਰਜ ਸਮ ਧਰਨੀ, ਪਰ ਫੇਰ ਵੀ ਉਹ ਮਰਿਆਦਾ ਚ ਰਹਿੰਦੇ ਆ, ਜਿਵੇਂ ਸਮੁੰਦਰ ਆਪਣੀ ਮਰਿਆਦਾ ਚ ਰਹਿੰਦਾ। ਜੇ ਸਮੁੰਦਰ ਮਰਿਆਦਾ ਛੱਡ ਦੇਵੇ ਸਾਰੀ ਦੁਨੀਆਂ ਇੱਕ ਸਕਿੰਟ ਚ ਖਤਮ ਕਰ ਸਕਦਾ, ਉਛਲ ਪਵੇ, ਕਿੰਨੀ ਤਾਕਤ ਹੈ ਸਮੁੰਦਰ ਦੀ। ਪਰ ਨਹੀਂ, ਲੱਖਾਂ ਕਰੋੜਾਂ ਸਾਲਾਂ ਤੋਂ ਮਰਿਆਦਾ ਚ ਟਿਕਿਆ ਰਹਿੰਦਾ, ਤੇ ਗੁਰੂ ਸਾਹਿਬ ਵੀ ਇੱਕ ਮਰਿਆਦਾ ਵਿਚ ਰਹਿੰਦੇ ਆ ਤੇ ਧਰਤੀ ਵਰਗੀ ਧੀਰਜ ਰੱਖਦੇ ਹਨ। ਮਹਾ ਗੰਭੀਰ ਜਨ ਹੋ ਕੇ ਕਰਨੀ, ਉਹਨਾਂ ਦੀ ਕਰਨੀ ਬੜੀ ਗੰਭੀਰ ਹੈ, ਗੈਰ ਗੰਭੀਰ ਕਰਨੀ ਦੇ ਮਾਲਕ ਹਨ। ਭੋਰ ਹੋ ਤਾਂ ਅਗਵਾਓ ਚਲੀਏ, ਹਾਂ ਸਵੇਰ ਹੁੰਦੇ ਆ ਰਾਜਾ ਜੀ ਉਹ ਦਿੱਲੀ ਵੱਲ ਆ ਜਾਣਗੇ, ਦਿੱਲੀ ਦੇ ਸ਼ਹਿਰ ਦੇ ਲਾਗੇ ਪਹੁੰਚਣਗੇ, ਤੇ ਆਪਾਂ ਅੱਗੋਂ ਦੀ ਚੱਲ ਕੇ ਸ਼ਹਿਰ ਤੋਂ ਬਾਹਰ ਸਾਰੀਆਂ ਸੰਗਤਾਂ ਲੈ ਕੇ ਉਹਨਾਂ ਦਾ ਸਵਾਗਤ ਕਰੀਏ, ਸਾਦਰ ਦੇ ਉਪਹਾਰਨ ਮਿਲੀਏ, ਔਰ ਜਿਹੜੀਆਂ ਪ੍ਰੇਮ ਭੇਟਾਵਾਂ ਦੇਣੀਆਂ ਨੇ ਸਾਦਰ ਸਤਿਕਾਰ ਨਾਲ ਦੇ ਕੇ ਉਹਨਾਂ ਨੂੰ ਮਿਲੀਏ। ਰਹੋ ਨਮਰ ਬਾਂਛਤ ਚਿਤ ਲੀਜਹ, ਔਰ ਨੀਵੇਂ ਹੋ ਕੇ ਰਹਿਣਾ ਸਤਿਗੁਰਾਂ ਦੇ ਸਾਹਮਣੇ, ਜੋ ਵੀ ਮੰਗੋਗੇ ਉਹ ਮਿਲ ਜਾਏਗਾ। ਸਹਿਤ ਪ੍ਰੇਮ ਬਹੁ ਸੇਵਾ ਕੀਜਹ, ਬਸ ਪ੍ਰੇਮ ਨਾਲ ਸੇਵਾ ਕਰਿਆ ਜੇ ਰਾਜਾ ਜੀ, ਇਹੋ ਜੇ ਗੁਰੂ ਬਾਰ ਬਾਰ ਨਹੀਂ ਲੱਭਦੇ ਹੁੰਦੇ। ਇਤਿਆਦਿਕ ਸਭ ਕਥਾ ਸੁਣਾਈ, ਇਸ ਪ੍ਰਕਾਰ ਦੀ ਸਾਰੀ ਵਾਰਤਾ ਸਾਰੀ ਗੱਲ ਬਾਤ ਸੁਣਾਈ ਹੈ। ਸੰਗਤ ਮੇਰੀ ਜਥਾ ਮਗ ਆਈ, ਔਰ ਜਿਵੇਂ ਸੰਗਤ
ਸੱਚੇ ਪਾਤਸ਼ਾਹ ਜੀ ਦੀ ਹੈ। ਉਹ ਸਾਰੀ ਰਸਤੇ ਵਿਚ ਵੀ ਇਸੇ ਤਰ੍ਹਾਂ ਉਹਨਾਂ ਦਾ ਸਵਾਗਤ ਕਰਦੀ ਹੈ। ਰਾਜੇ ਨੂੰ ਦੱਸ ਰਿਹਾ ਮੰਤਰੀ ਬਈ ਗੁਰੂ ਸਾਹਿਬ ਜੀ ਦਾ ਰੁਤਬਾ ਕੀ ਹੈ, ਤੁਸੀਂ ਕਿਸੇ ਭੁਲੇਖੇ ਚ ਨਾ ਰਹਿ ਜਾਣਾ ਵੀ ਉਹਨਾਂ ਦਾ ਰਾਜਿਆਂ ਮਹਾਰਾਜਿਆਂ ਤੋਂ ਬਹੁਤ ਉੱਚਾ ਰੁਤਬਾ ਹੈ। ਰਾਜੇ ਮਹਾਰਾਜੇ ਤੇ ਉਹਨਾਂ ਦੇ ਸਾਹਮਣੇ ਕੁਛ ਵੀ ਨਹੀਂ ਆ, ਇਸ ਕਰਕੇ ਉਹਨਾਂ ਦਾ ਸਵਾਗਤ ਸਤਿਕਾਰ ਉਸੇ ਤਰ੍ਹਾਂ ਹੀ ਕੀਤਾ ਜਾਵੇ ਜਿਹੜਾ ਉਹਨਾਂ ਦਾ ਰੁਤਬਾ ਹੈ। ਸੁਣ ਸੁਣ ਰਾਜਾ ਹਰਖਤ ਭਇਓ, ਸੁਣ ਸੁਣ ਕੇ ਰਾਜਾ ਜੈ ਸਿੰਘ ਬੜਾ ਖੁਸ਼ ਹੋਇਆ। ਬੰਦਾ ਹੈ ਮਨ ਕਰ ਸ਼ਰਧਾ ਲਾਇਓ, ਉਹਨੇ ਬੜੇ ਪ੍ਰੇਮ ਨਾਲ ਉਥੋਂ ਹੀ ਮੱਥਾ ਟੇਕਿਆ, ਉਥੋਂ ਹੀ ਸਿਰ ਚੁਕਾਇਆ। ਰਾਜੇ ਦੇ ਮਨ ਚ ਸ਼ਰਧਾ ਜਾਗ ਪਈ। ਖਿਰਿਓ ਕਮਲ ਸਭ ਬਦਨ ਬਿਸਾਲਾ, ਜਦੋਂ ਰਾਜੇ ਦੇ ਮਨ ਚ ਗੁਰੂ ਸਾਹਿਬ ਪ੍ਰਤੀ ਭਾਵਨਾ ਸ਼ਰਧਾ ਬਣੀ ਨਾ, ਉਸੇ ਵੇਲੇ ਹਿਰਦਾ ਕਮਲ ਖਿੜ ਗਿਆ। ਸਾਧ ਸੰਗਤ ਜੀ, ਸਾਡਾ ਮਨ ਜਿਹੜਾ ਮੁਰਝਾਇਆ ਰਹਿੰਦਾ ਨਾ, ਤੇ ਅਸੀਂ ਟੈਨਸ਼ਨਾਂ ਤੇ ਪਰੇਸ਼ਾਨੀਆਂ ਤੇ ਚਿੰਤਾ ਤੇ ਨੀਂਦ ਦੀਆਂ ਗੋਲੀਆਂ ਖਾ ਕੇ ਸੌਂਦੇ ਆ, ਤੇ ਜੇ ਇਹਦਾ ਇਲਾਜ ਇੱਕੋ ਹੀ ਵੀ ਅਸੀਂ ਸ਼ਰਧਾ ਰੱਖ ਲਈਏ ਗੁਰੂ ਤੇ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਕਿਤੇ ਸ਼ਰਧਾ ਆ ਜਾਏ, ਪ੍ਰੇਮ ਆ ਜਾਏ, ਕਿਵੇਂ ਸਾਡਾ ਹਿਰਦਾ ਖਿੜ ਜਾਵੇ। ਰਾਜਾ ਜੈ ਸਿੰਘ ਘਰ ਚ ਬੈਠਾ ਹੀ ਖਿੜ ਗਿਆ। ਸਾਨੂੰ ਗੁਰੂ ਸਾਹਿਬ ਦੇ ਰੋਜ਼ ਦਰਸ਼ਨ ਹੁੰਦੇ, ਫਿਰ ਨੀ ਸਾਡਾ ਮਨ ਖਿੜਦਾ, ਕਿਉਂਕਿ ਸ਼ਰਧਾ ਨਾਲ ਹੀ ਨਾ ਕਰਦੇ। ਉਹ ਰਾਜੇ ਦੇ ਮਨ ਚ ਸ਼ਰਧਾ ਆ ਗਈ, ਜਦੋਂ ਸ਼ਰਧਾ ਆਈ ਸਤਿਗੁਰਾਂ ਦੀ, ਉਸੇ ਵੇਲੇ ਹੀ ਮਨ ਪ੍ਰਸੰਨ ਹੋ ਗਿਆ। ਕਰਿਓ ਸਮਾਜ ਤਿਆਰ ਤਤਕਾਲਾ, ਰਾਜੇ ਨੇ ਆਪਣੀ ਜਿੰਨੀ ਵੀ ਸੈਨਾ ਸੀ, ਫੌਜ ਸੀ, ਜਿੰਨੇ ਆਪਣੇ ਮੰਤਰੀ ਵਜ਼ੀਰ ਕਰਿੰਦੇ ਸੀ, ਸਭ ਨੂੰ ਆਗਿਆ ਦਿੱਤੀ ਤਿਆਰੀ ਕਰੋ ਫਟਾਫਟ, ਵਧੀਆ ਤੋਂ ਵਧੀਆ ਤੋਹਫੇ, ਵਧੀਆ ਤੋਂ ਵਧੀਆ ਸਾਜੋ ਸਮਾਨ ਤਿਆਰ ਕਰੋ। ਫੁੱਲਾਂ ਦੀਆਂ ਟੋਕਰੀਆਂ ਭਰ ਲਓ, ਫੁੱਲਾਂ ਦੇ ਗੱਡੇ ਲੱਦ ਲਓ, ਮਹਾਰਾਜ ਦਾ ਸਵਾਗਤ ਕਰਨਾ। ਜਦੋਂ ਸਤਿਗੁਰੂ ਜੀ ਆਉਣਗੇ, ਦਿੱਲੀ ਦੇ ਸ਼ਹਿਰ ਸੜਕਾਂ ਦੀ ਸਫਾਈ ਹੋ ਜਾਵੇ ਤੇ ਸੜਕਾਂ ਦੇ ਆਲੇ ਦੁਆਲੇ ਬਹੁਤ ਸੋਹਣੀ ਸਜਾਵਟ ਕੀਤੀ ਜਾਵੇ। ਗੁਰੂ ਸਾਹਿਬ ਜੀ ਆ ਰਹੇ ਨੇ ਦਿੱਲੀ ਸ਼ਹਿਰ ਵਿਚ, ਪਹਿਲੀ ਵਾਰ ਅੱਠਵੇਂ ਪਾਤਸ਼ਾਹ ਆ ਰਹੇ ਨੇ, ਇਸ ਕਰਕੇ ਸਾਰਾ ਸ਼ਹਿਰ ਸਵਾ ਕੇ ਸਜਾ ਦਿਓ। ਪਈ ਪ੍ਰਭਾਤ ਚੜ ਚੱਲਿਓ ਅਗਾਊ, ਰਾਜਾ ਜੈ ਸਿੰਘ ਨੇ ਰਾਤ ਨੂੰ ਤਿਆਰੀਆਂ ਕਰਵਾ ਦੀਆਂ। ਜਦੋਂ ਅਗਲਾ ਦਿਨ ਸਵੇਰ ਹੋਈ, ਆਪ ਚੜ ਕੇ ਘੋੜੇ ਤੇ ਨਾਲ ਆਪਣੇ ਮੰਤਰੀ ਵਜ਼ੀਰ ਲੈ ਕੇ ਦਿੱਲੀ ਤੋਂ ਬਾਹਰ ਨੂੰ ਤੁਰ ਪਿਆ। ਗੁਰੂ ਸਰੂਪ ਭਿਖਨ ਕੋ ਚਾਉ, ਮਨ ਵਿਚ ਬੜਾ ਚਾਹ ਹੈ ਵੀ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਾਂਗਾ ਅੱਜ। ਅਧਿਕ ਸੈਨ ਚੜ ਚਲੀ ਪਛਾਰੀ, ਪਿੱਛੇ ਬਹੁਤ ਸਾਰੀਆਂ ਫੌਜਾਂ ਬੜੀਆਂ, ਉਹਦੀਆਂ ਮੰਤਰੀ ਵਜ਼ੀਰ ਸੈਨਾ ਸਭ ਵੱਡੇ ਵੱਡੇ ਅਫਸਰ ਚੱਲ ਪਏ ਹਨ। ਮਿਲਿਓ ਜਾਏ ਦੁਆ ਕੋਸ ਅਗਾਰੀ, ਤੇ ਦਿੱਲੀ ਤੋਂ ਬਾਹਰ ਨਿਕਲ ਕੇ ਦੋ ਕੋ ਹੋਰ ਅੱਗੇ ਆ ਕੇ ਗੁਰੂ ਸਾਹਿਬ ਜੀ ਨੂੰ ਮਿਲਿਆ ਹੈ। ਨਗਨ ਚਰਨ ਕਰ ਤਜ ਅਸਵਾਰੀ, ਮਹਾਰਾਜ ਦੀ ਪਾਲਕੀ ਆ ਰਹੀ ਸੀ, ਦੂਰੋਂ ਹੀ ਵੇਖ ਕੇ ਘੋੜੇ ਤੋਂ ਉਤਰ ਪਿਆ ਤੇ ਜੋੜਾ ਵੀ ਲਾ ਦਿੱਤਾ। ਨੰਗੇ ਪੈਰੀ ਰਾਜਾ ਜੈ ਸਿੰਘ ਅੱਗੇ ਆਇਆ ਹੈ। ਨਮਰ ਹੋਏ ਕਰ ਬੰਧਨ ਧਾਰੀ, ਸਤਿਗੁਰੂ ਜੀ ਦੀ ਪਾਲਕੀ ਦੇ ਨੇੜੇ ਆ ਕੇ ਬੜੀ ਨਿਮਰਤਾ ਦੇ ਨਾਲ ਸਤਿਗੁਰਾਂ ਦੇ ਚਰਨਾਂ ਚ ਮੱਥਾ ਟੇਕਿਆ, ਨਮਸਕਾਰ ਕੀਤੀ ਹੈ। ਸ੍ਰੀ ਗੁਰੂ ਸ਼ਿਵਕਾ ਤਬ ਹਥਮਬਾਈ, ਮਹਾਰਾਜ ਨੇ ਆਪਣੇ ਕਹਾਰਾਂ ਨੂੰ ਇਸ਼ਾਰਾ ਦਿੱਤਾ, ਸਿੱਖਾਂ ਨੇ ਪਾਲਕੀ ਸਾਹਿਬ ਰੋਕ ਲਈ। ਬੁਝੀ ਸਕਲ ਕੁਸ਼ਲ ਨਿਰਪਤਾਈ, ਪਾਲਕੀ ਜਦੋਂ ਰੋਕ ਲਈ ਤੇ ਸਤਿਗੁਰੂ ਜੀ ਦੇ ਚਰਨਾਂ ਦਾ ਰਾਜੇ ਨੇ ਬਹੁਤ ਪਿਆਰ ਨਾਲ ਮੱਥਾ ਟੇਕਿਆ ਤੇ ਸਤਿਗੁਰੂ ਜੀ ਨੇ ਉਹਦਾ ਹਾਲ ਚਾਲ ਸੁਖ ਸ਼ਾਂਤ ਪੁੱਛੀ ਹੈ। ਹੱਥ ਜੋੜ ਨਿਰਪ ਸਕਲ ਉਚਾਰੀ, ਰਾਜੇ ਜੈ ਸਿੰਘ ਨੇ ਹੱਥ ਜੋੜ ਕੇ ਸਾਰੀ ਵਾਰਤਾ ਦੱਸੀ ਹੈ। ਗੁਰ ਆਇਸ ਤੇ ਚੜ ਅਸਵਾਰੀ, ਮਹਾਰਾਜ ਸੱਚੇ ਪਾਤਸ਼ਾਹ ਨੇ ਆਗਿਆ ਦਿੱਤੀ ਵੀ ਚਲੋ ਤੁਸੀਂ ਹੁਣ ਆਪਣੇ ਘੋੜੇ ਤੇ ਚੜੋ ਤੇ ਦਿੱਲੀ ਵੱਲ ਤੁਰੀਏ।
ਮਹਾਰਾਜ ਦੀ ਆਗਿਆ ਪਾ ਕੇ ਰਾਜਾ ਆਪਣੇ ਘੋੜੇ ਤੇ ਸਵਾਰ ਹੋਇਆ। ਸਨੇ ਸਨੇ ਗਮਨਤ ਪਰ ਔਰਾ ਸਹਿਜੇ ਸਹਿਜੇ ਰਾਜਾ ਗੁਰੂ ਸਾਹਿਬ ਨੂੰ ਨਾਲ ਲੈ ਕੇ ਹਜ਼ਾਰਾਂ ਸੰਗਤਾਂ ਦਿੱਲੀ ਦੀਆਂ ਵੀ ਤੇ ਗੁਰੂ ਸਾਹਿਬ ਦੇ ਨਾਲ ਗਈਆਂ ਹੋਈਆਂ ਤੇ ਫੌਜਾਂ ਗੁਰੂ ਸਾਹਿਬ ਦੀਆਂ ਵੀ ਤੇ ਰਾਜੇ ਦੀਆਂ ਵੀ ਕੋਈ ਅੰਤ ਹੀ ਨਹੀਂ ਰਿਹਾ। ਲੱਖਾਂ ਹੀ ਭੀੜ ਹੋ ਗਈ ਇਕੱਠੀ। ਵਿਚਕਾਰ ਗੁਰੂ ਸਾਹਿਬ ਦੀ ਸੋਨੇ ਦੀ ਪਾਲਕੀ ਹੈ। ਆਲੇ ਦੁਆਲੇ ਸੰਗਤ ਫੁੱਲਾਂ ਦੀ ਵਰਖਾ ਕਰ ਰਹੀ ਹੈ। ਮਹਾਰਾਜ ਅੱਠਵੇਂ ਪਾਤਸ਼ਾਹ ਜੀ ਦਿੱਲੀ ਵਿਚ ਆ ਰਹੇ ਹਨ। ਦੇਖਦਾ ਪਰਸ ਪਰ ਪ੍ਰੇਮ ਨਾ ਥੋਰਾ ਤੇ ਗੁਰੂ ਸਾਹਿਬ ਵੱਲ ਬੜੇ ਪ੍ਰੇਮ ਨਾਲ ਦੇਖਦਾ ਹੈ, ਬਹੁਤ ਸ਼ਰਧਾ ਨਾਲ ਦੇਖਦਾ। ਰਾਜਾ ਸੰਗਤਾਂ ਚ ਵੀ ਖੁਸ਼ੀ ਦੀ ਲਹਿਰ ਹੈ ਵੀ ਅੱਜ ਸਤਿਗੁਰੂ ਆਏ ਹਨ। ਸੁਪਨ ਚਰਿੱਤਰ ਚਿੱਤਰ ਬਾਣਕ ਬਣੇ ਬਚਿੱਤਰ ਪਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ ਹਨ। ਐਸੀ ਖੁਸ਼ੀ ਸੰਗਤਾਂ ਨੂੰ ਚੜ ਗਈ ਹੈ। ਧਨ ਧਨ ਹਮਾਰੇ ਭਾਗ ਘਰ ਆਇਆ ਫਿਰ ਮੇਰਾ ਸੋਹੇ ਬੰਕ ਦੁਆਰ ਸਗਲਾ ਬਨ ਹਰਾ। ਸਾਰੇ ਮਸੰਦ ਦਿੱਲੀ ਦੇ ਸੰਗਤਾਂ ਲੈ ਕੇ ਆਏ ਹਨ ਸਵਾਗਤ ਕਰਨ ਲਈ। ਮਿਲੇ ਆਏ ਦੇ ਉਪਹਾਰੀ ਦਿੱਲੀ ਦੇ ਮਸੰਦ ਵਧੀਆ ਵਧੀਆ ਭੇਟਾਵਾਂ ਗੁਰੂ ਸਾਹਿਬ ਨੂੰ ਚਰਨਾਂ ਚ ਰੱਖ ਰੱਖ ਕੇ ਮੱਥਾ ਟੇਕਦੇ ਨੇ, ਫੁੱਲਾਂ ਦੀ ਵਰਖਾ ਕਰਦੇ ਨੇ। ਸਭਹਿਨ ਕਹੋ ਸਮੋਦ ਕਰਨੀ ਕੇ ਸਾਰਿਆਂ ਨੂੰ ਸਤਿਗੁਰੂ ਜੀ ਨੇ ਸੁਖ ਸ਼ਾਂਤ ਪੁੱਛਿਆ ਹੈ। ਸਾਰਿਆਂ ਨਾਲ ਥੋੜੇ ਥੋੜੇ ਸੂਖਮ ਜੇ ਬਚਨ ਬਿਲਾਸ ਪਾਲਕੀ ਚ ਬੈਠਿਆ ਹੀ ਕੀਤੇ ਹਨ। ਬੀਚ ਪਰ ਵਿਸ਼ੇ ਪਰ ਦਿੱਲੀ ਕੇ ਫਿਰ ਹੌਲੇ ਹੌਲੇ ਪਾਲਕੀ ਚਲਦੀ ਗਈ ਹੈ ਤੇ ਦਿੱਲੀ ਸ਼ਹਿਰ ਦੇ ਵਿਚ ਪ੍ਰਵੇਸ਼ ਕਰ ਗਏ ਹਨ। ਜੈ ਸਿੰਘ ਪੁਰਾ ਹੋ ਤੋ ਜਿਸ ਥਾਨ ਜਿਸ ਸ਼ਹਿਰ ਦਾ ਇਲਾਕੇ ਦਾ ਨਾਮ ਹੈ ਜੈ ਸਿੰਘ ਪੁਰਾ। ਅੱਜ ਕੱਲ ਓਹਨੂੰ ਕਹਿੰਦੇ ਆ ਬੰਗਲਾ ਸਾਹਿਬ। ਪਹਿਲਾਂ ਓਹਦਾ ਨਾਮ ਸੀ ਉਸ ਮਹੱਲੇ ਦਾ ਉਸ ਇਲਾਕੇ ਦਾ ਜੈ ਸਿੰਘ ਪੁਰਾ। ਜੈ ਸਿੰਘ ਰਾਜੇ ਦੇ ਨਾਂ ਤੇ ਉਹ ਸ਼ਹਿਰ ਦਾ ਇੱਕ ਹਿੱਸਾ ਉਹ ਮਹੱਲਾ ਉਹ ਕਲੋਨੀ ਬਣੀ ਹੋਈ ਸੀ। ਜੈ ਸਿੰਘ ਲੈ ਤਹਿਕੀਨ ਪਿਆਨ ਰਾਜਾ ਜੈ ਸਿੰਘ ਜੈ ਸਿੰਘ ਪੁਰੇ ਵੱਲ ਗੁਰੂ ਮਹਾਰਾਜ ਨੂੰ ਲੈ ਕੇ ਤੁਰ ਪਿਆ ਹੈ। ਜਿਸ ਜਿਸ ਵਿਥੀ ਜਾਤ ਚਲੇ ਹੈ ਜਿਹੜੀ ਜਿਹੜੀ ਗਲੀ ਵਿਚ ਸਤਿਗੁਰੂ ਜੀ ਦੀ ਪਾਲਕੀ ਜਾ ਰਹੀ ਹੈ ਤਿਸ ਤਿਸ ਮਹਿਨਰ ਹੋਤ ਖਲੇ ਹੈ। ਲੋਕ ਕੋਠਿਆਂ ਤੋਂ ਫੁੱਲਾਂ ਦੀ ਵਰਖਾ ਕਰਦੇ ਹੈ, ਗਲੀਆਂ ਬਾਜ਼ਾਰਾਂ ਚ ਖੜੇ ਹੈ, ਲੱਖਾਂ ਹਿੰਦੂ ਮੁਸਲਮਾਨ ਸਤਿਗੁਰਾਂ ਦੇ ਦਰਸ਼ਨ ਕਰ ਰਹੇ ਹਨ। ਕਰ ਜੋ ਰਹਿ ਅਰ ਬੰਧਨ ਠਾਨ ਹੈ ਹੱਥ ਜੋੜ ਜੋੜ ਕੇ ਮੱਥਾ ਟੇਕਦੇ ਨੇ। ਅੱਠਵੇਂ ਪਾਤਸ਼ਾਹ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਆ ਰਹੇ ਨੇ। ਦੇਖ ਪਰਸ ਪਰਸ ਜਸ ਬਖਾਨ ਹੈ ਦੇਖ ਕੇ ਸਾਰੇ ਮਹਾਰਾਜ ਦਾ ਜਸ ਕਰਦੇ ਨੇ। ਜੋ ਸ਼੍ਰੀ ਰਾਮ ਰਾਏ ਪ੍ਰਥਮਾਏ ਜੋ ਬਾਬਾ ਰਾਮ ਰਾਏ ਜੀ ਪਹਿਲਾਂ ਆਏ ਸੀ। ਲੋਕ ਏਦਾਂ ਗੱਲਾਂ ਕਰਦੇ ਨੇ ਵੀ ਜਿਹੜੇ ਬਾਬਾ ਰਾਮ ਰਾਏ ਜੀ ਆਏ ਸੀ ਦਿੱਲੀ ਪਹਿਲਾਂ ਤਿੰਨਕੇ ਭਰਾਤਾ ਇਹ ਅਬ ਆਏ ਇਹ ਉਹਨਾਂ ਦੇ ਭਾਈ ਆਏ ਨੇ ਛੋਟੇ, ਪਰ ਇਹਨਾਂ ਨੂੰ ਗੱਦੀ ਮਿਲੀ ਹੋਈ ਹੈ ਗੁਰੂ ਸਾਹਿਬ ਜੀ ਦੀ। ਗੁਰਗਾਦੀ ਪਰ ਸਥਿਤ ਇਹੀ ਗੁਰਤਾ ਗੱਦੀ ਦੇ ਮਾਲਕ ਬਾਬਾ ਰਾਮ ਰਾਏ ਜੀ ਇਹਨਾਂ ਦੇ ਭਰਾ ਹਨ ਪਰ ਗੱਦੀ ਦੇ ਮਾਲਕ ਇਹ ਹਨ। ਅਜ਼ਮਤ ਤਰ ਸ਼੍ਰੀ ਨਾਨਕ ਜੇਹੀ ਹਾਂ ਇਹਨਾਂ ਦੇ ਵਿਚ ਤੇ ਗੁਰੂ ਨਾਨਕ ਸਾਹਿਬ ਜਿੰਨੀ ਕਰਾਮਾਤ ਹੈ ਉਹੀ ਸ਼ਕਤੀ ਹੈ ਉਹੀ ਜੋਤ ਹੈ। ਬਾਲ ਅਰਬਲ ਬੁੱਧ ਗੰਭੀਰ ਬਾਲ ਅਵਸਥਾ ਹੈ ਪਰ ਬੁੱਧੀ ਦੇ ਬੜੇ ਗਹਿਰ ਗੰਭੀਰ ਹਨ। ਤੀਰਨ ਧੀਰ ਸੋ ਪੀਰਨ ਪੀਰ ਪੀਰਾਂ ਦੇ ਪੀਰ ਹਨ, ਧੀਰ ਜਵਾਨ ਹਨ, ਮਹਾਨ ਸ਼ਕਤੀ ਦੇ ਮਾਲਕ ਹਨ। ਗਰੀ ਬਜ਼ਾਰਨ ਮਹਿ ਚਲ ਜਾਤੇ ਔਰ ਇਸ ਤਰ੍ਹਾਂ ਸਤਿਗੁਰੂ ਗਲੀ ਬਜ਼ਾਰਾਂ ਵਿਚ ਲੰਘੀ ਜਾਂਦੇ ਹਨ।
ਨਾਨਕ ਭਾਤ ਨਰ ਬੋਲਤ ਜਾਤੇ। ਲੋਕ ਮਹਾਰਾਜ ਦਾ ਜਸ ਕਰਦੇ ਆਪਸ ਵਿਚ ਇਕ ਦੂਜੀ ਨੂੰ ਦੱਸਦੇ ਹੋਏ ਜਾ ਰਹੇ ਹਨ। ਬੜੀ ਭੀੜ ਜਤ ਚਮਰ ਟਰਾਵਤ, ਬੜੀ ਭੀੜ ਹੈ, ਸਤਿਗੁਰਾਂ ਦੇ ਸੀਸ ਤੇ ਚੌਰ ਝੂਲਦੇ ਹਨ। ਮੰਦ ਮੰਦ ਸਿਵਕਾ ਗਮਨਾਵਤ, ਹੌਲੇ ਹੌਲੇ ਪਾਲਕੀ ਸਾਹਿਬ ਮੋਢਿਆਂ ਤੇ ਚੱਕੀ ਹੈ, ਸੰਗਤਾਂ ਦਰਸ਼ਨ ਕਰ ਰਹੀਆਂ ਤੇ ਪਾਲਕੀ ਹੌਲੇ ਹੌਲੇ ਬਾਜ਼ਾਰ ਚੋਂ ਲੰਘ ਰਹੀ ਹੈ। ਗਮਨਤ ਜਬ ਡੇਰਾ ਨਿਕਟਾਇਆ, ਜਦੋਂ ਡੇਰਾ ਨੇੜੇ ਆ ਗਿਆ, ਜੈ ਸਿੰਘ ਭੂਪ ਉਤਰ ਕਰ ਆਇਆ। ਰਾਜਾ ਜੈ ਸਿੰਘ ਫਿਰ ਘੋੜੇ ਤੋਂ ਉਤਰਿਆ ਤੇ ਫਿਰ ਗੁਰੂ ਸਾਹਿਬ ਦੇ ਕੋਲ ਆਇਆ। ਹੱਥ ਜੋੜ ਕਰ ਗੁਰੂ ਉਤਾਰੇ, ਸਤਿਗੁਰੂ ਜੀ ਨੂੰ ਹੱਥ ਜੋੜ ਕੇ ਰਾਜੇ ਨੇ ਆਪ ਗੋਦੀ ਚ ਲੈ ਕੇ ਬੜੇ ਸਤਿਕਾਰ ਨਾਲ ਥੱਲੇ ਪਾਲਕੀ ਤੋਂ ਉਤਾਰਿਆ ਹੈ। ਚੱਲੇ ਉਹ ਸੰਗਲੇ ਸਦਨ ਮਝਾਰੇ ਤੇ ਗੁਰੂ ਸਾਹਿਬ ਨੂੰ ਅੱਗੇ ਕਰਕੇ ਆਪਣੇ ਮਹਿਲਾਂ ਵੱਲ ਤੁਰ ਪਿਆ ਹੈ। ਮੰਦਰ ਸਖਤ ਖਸ਼ਟ ਰਿਤ ਮਹੀਆ, ਇਹੋ ਜਿਹਾ ਸੋਹਣਾ ਬੰਗਲਾ, ਇਹੋ ਜਿਹਾ ਸੋਹਣਾ ਮਕਾਨ ਸੀ ਵੀ ਗਰਮੀ ਚ ਠੰਡਾ ਰਹਿੰਦਾ ਸੀ, ਸਿਆਲ ਚ ਨਿੱਘਾ ਰਹਿੰਦਾ ਸੀ। ਛੇ ਰੁੱਤਾਂ ਦੇ ਵਿਚ ਜਿਹੜਾ ਮਕਾਨ ਸਰੀਰ ਨੂੰ ਸੁਖ ਦੇਵੇ ਓਹਨੂੰ ਕਹਿੰਦੇ ਵੀ ਖਸ਼ਟ ਰੁੱਤਾਂ ਵਿਚ ਸੁਖਦਾਈ। ਸ੍ਰੀ ਹਰਿਮੰਦਰ ਸਾਹਿਬ ਦੀ ਪਾਵਨ ਪਵਿੱਤਰ ਬਿਲਡਿੰਗ, ਸੱਚਖੰਡ ਹਜੂਰ ਸਾਹਿਬ ਜੀ ਦੀ ਤੇ ਤਰਨ ਤਾਰਨ ਸਾਹਿਬ ਦੀ, ਇਹ ਤਿੰਨ ਦਰਬਾਰ ਸਿੱਖਾਂ ਕੋਲ ਪੁਰਾਣੇ ਬਚੇ ਨੇ। ਜੇ ਕਾਰ ਸੇਵਾ ਵਾਲਿਆਂ ਦਾ ਥੋੜਾ ਨਾ ਫਿਰਿਆ ਤੇ ਮਹਾਰਾਜ ਕਿਰਪਾ ਰੱਖੇ, ਇਹਨਾਂ ਦੇ ਵਿਚ ਤੁਸੀਂ ਗਰਮੀ ਚ ਬਹਿ ਜਾਓ ਠੰਡ ਲੱਗੇਗੀ, ਤੇ ਸਿਆਲ ਦੇ ਵਿਚ ਬਹਿ ਜਾਓਗੇ ਤੇ ਨਿੱਘ ਆਵੇਗੀ। ਇਹ ਕਲਾ ਜਿਹੜੀ ਪੁਰਾਣੀ ਬਿਲਡਿੰਗਾਂ ਚ ਹੁੰਦੀ ਸੀ ਬਣਾਉਣ ਦੀ, ਅੱਜ ਕੱਲ ਦੇ ਨਹੀਂ। ਸੀਮਿੰਟ ਲਿਪੀ ਇੱਟਾਂ ਲਾਈ ਜਾਂਦੀ, ਫਟਾਫਟ ਸਿਆਲ ਦੇ ਵਿਚ ਬਹੁਤ ਠੰਡੇ ਹੁੰਦੇ ਨੇ ਤੇ ਗਰਮੀ ਦੇ ਵਿਚ ਇਹ ਮਕਾਨ ਬੜੇ ਤਪ ਜਾਂਦੇ ਨੇ, ਪਰ ਉਹ ਪੁਰਾਣੇ ਜਮਾਨੇ ਦੇ ਬੰਗਲੇ ਸੀਗੇ। ਮਹਾਰਾਜ ਛੇ ਰੁੱਤਾਂ ਜਿਹੜਾ ਸੁਖਦਾਈ ਹੋਵੇ ਓਹਦੇ ਵਿਚ ਸਤਿਗੁਰੂ ਜੀ ਸੱਚੇ ਪਾਤਸ਼ਾਹ ਜੀ ਜਾਬਰਾ ਜੇ ਚਾਰ ਪਰਿਆਂਕਟ ਸਾਇਓ ਤਹੀਆ, ਬੜਾ ਸੋਹਣਾ ਪਲੰਗ ਡਾਇਆ ਹੈ, ਆਸਰਣ ਬੜ ਬਿਸਤ ਬਿਛਾਵਾ, ਔਰ ਸੋਹਣਾ ਬਿਸਤਰਾ ਬਿਛਾਇਆ ਹੈ। ਰਚ ਚੰਦੋਵਾ ਬੰਧਨ ਤਨਾਵਾ, ਸੋਹਣਾ ਬਸਤਰ ਸੋਹਣਾ ਚੰਦੋਵਾ ਵੀ ਤਾਣਿਆ ਹੈ ਤੇ ਗੁਰੂ ਸਾਹਿਬ ਵਾਸਤੇ ਪਹਿਲਾਂ ਹੀ ਤਿਆਰੀਆਂ ਕੀਤੀਆਂ ਹੋਈਆਂ ਹਨ। ਸਾਦਰ ਤਹਾ ਜਾਏ ਬੈਠਾਰੇ, ਉਥੇ ਸਤਿਕਾਰ ਨਾਲ ਬਿਠਾਇਆ। ਗਿਆਨੀ ਗਿਆਨ ਸਿੰਘ ਜੀ ਨੇ ਤਵਾਰੀਖ ਗੁਰੂ ਖਾਲਸੇ ਜੇ ਪ੍ਰਸੰਗ ਵੀ ਲਿਖਿਆ ਹੈ ਵੀ ਜਦੋਂ ਮਹਾਰਾਜ ਸਾਹਿਬ ਜੀ ਰਾਜੇ ਦੇ ਨਾਲ ਮਹਿਲਾਂ ਚ ਆ ਰਹੇ ਸਨ ਤਾਂ ਰਾਣੀ ਨੇ ਥੋੜਾ ਮਨ ਵਿਚ ਸ਼ੰਕਾ ਕਰ ਲਿਆ ਵੀ ਪਰਖੀਏ ਵੀ ਕੋਈ ਕਰਾਮਾਤ ਸ਼ਕਤੀ ਦੇ ਮਾਲਕ ਹਨ। ਆਪ ਗੋਲੀਆਂ ਵਾਲੇ ਬਸਤਰ ਪਾ ਲਏ ਤੇ ਦਾਸੀਆਂ ਨੂੰ ਰਾਣੀਆਂ ਵਾਲੇ ਬਸਤਰ ਪਵਾ ਦਿੱਤੇ ਤੇ ਇਸ ਤਰ੍ਹਾਂ ਉਹ ਸਾਧ ਸੰਗਤ ਜੀ ਜਦੋਂ ਬੈਠ ਗਈਆਂ ਸਾਰੀਆਂ ਰਾਣੀਆਂ ਤੇ ਗੋਲੀਆਂ ਤੇ ਆਪ ਪਿੱਛੇ ਗੋਲੀ ਬਣ ਕੇ ਬੈਠ ਗਈ ਵੱਡੀ ਰਾਣੀ ਤੇ ਹਜੂਰ ਜਾਣੀ ਜਾਣ ਸਤਿਗੁਰੂ ਜੀ ਆਏ। ਉਹਨੇ ਮਨ ਚ ਅਰਦਾਸ ਕੀਤੀ ਵੀ ਜੇ ਮਾਰੇ ਅੰਤਰਜਾਮੀ ਹਨ ਮੇਰੀ ਗੋਦੀ ਚ ਆ ਕੇ ਬੈਠਣਗੇ ਤੇ ਹਜੂਰ ਸੱਚੇ ਪਾਤਸ਼ਾਹ ਛੜੀ ਲਈ ਇੱਕ ਰਾਣੀ ਦੇ ਸਿਰ ਤੇ ਲਾ ਕੇ ਕਹਿੰਦੇ ਰਾਣੀ ਨਹੀਂ ਫਿਰ ਇਹ ਵੀ ਮਹਾਰਾਣੀ ਨਹੀਂ ਇਹ ਵੀ ਨਹੀਂ ਏਦਾਂ ਕਰਦੇ ਕਰਦੇ ਜਦੋਂ ਉਹਦੇ ਕੋਲ ਗਏ ਕਹਿੰਦੇ ਇਹ ਰਾਣੀ ਗੋਦੀ ਚ ਬੈਠ ਗਏ। ਰਾਣੀ ਸ਼ਰਧਾ ਦੇ ਨਾਲ ਚਰਨਾਂ ਤੇ ਝੁੱਕ ਗਈ ਤੇ ਫਿਰ ਸਤਿਗੁਰੂ ਮਹਾਰਾਜ ਜੀ ਸੱਚੇ ਪਾਤਸ਼ਾਹ ਦੇ ਅੱਗੇ ਬੇਨਤੀ ਪਦਾਰਥ ਸ਼ਕਣ ਛਕਾਣ ਵਾਸਤੇ ਖਾਣ ਪੀਣ ਵਾਲੇ ਤੇ ਖੇਡਣ ਵਾਲੇ ਖਿਡੌਣੇ ਵਧੀਆ ਵਧੀਆ ਰੱਖ ਦਿੱਤੇ। ਸਤਿਗੁਰੂ ਕਿਸੇ ਚੀਜ਼ ਨੂੰ ਅੰਗੀਕਾਰ ਨਹੀਂ ਕਰਦੇ। ਰਾਜਾ ਕਹਿੰਦਾ ਮਹਾਰਾਜ ਜਲ ਪਾਣੀ ਛਕੋ ਅੰਗੀਕਾਰ ਕਰੋ। ਸਤਿਗੁਰੂ ਕਹਿੰਦੇ ਰਾਜਾ ਮਹਾਂਪੁਰਸ਼ਾਂ ਫਕੀਰਾਂ ਦੀ ਪ੍ਰੀਖਿਆ ਲੈਂਦੇ ਹੋ, ਤੁਸੀਂ ਸਾਡਾ ਇਮਤਿਹਾਨ ਲਿਆ, ਇਮਤਿਹਾਨ ਨਹੀਂ ਲਈਦਾ ਹੁੰਦਾ, ਸ਼ੰਕਾ ਨਹੀਂ ਕਰੀਦਾ ਹੁੰਦਾ। ਕਹਿਣ ਲੱਗੇ ਸਾਥੋਂ ਗਲਤੀ ਹੋ ਗਈ, ਮਾਫ਼ ਕਰੋ। ਮਹਾਰਾਜ ਕਹਿੰਦੇ ਹੁਣ ਤੁਹਾਡੇ ਘਰ ਰਾਣੀ ਦੀ ਚੱਲਿਆ ਕਰੇਗੀ,
ਇਹ ਬਚਨ ਹੋ ਗਿਆ। ਹੁਣ ਤੱਕ ਉੱਥੇ ਰਾਜਾ ਦਾ ਉਹੀ ਪਰਿਵਾਰ ਚੱਲਿਆ ਹੁੰਦਾ ਹੈ, ਪਰ ਜਿਹੜੀ ਰਾਣੀ ਆਉਂਦੀ ਉਹ ਕਾਠੀ ਪਾ ਲੈਂਦੀ, ਉਹਦਾ ਹੁਕਮ ਚੱਲਦਾ ਉੱਥੇ ਕੁਦਰਤੀ। ਦੇਖੋ ਮਹਾਰਾਜ ਦਾ ਬਚਨ ਅੱਜ ਤਾਈ ਚੱਲਿਆ ਹੁੰਦਾ ਬਈ ਰਾਜ ਰਾਜੇ ਦਾ ਹੁੰਦਾ, ਹੁਕਮ ਰਾਣੀ ਦਾ ਚੱਲਦਾ, ਇਸ ਤਰ੍ਹਾਂ ਦਾ ਸਤਿਗੁਰਾਂ ਦਾ ਬਚਨ ਚੱਲਿਆ ਹੁੰਦਾ। ਸੋ ਇਸ ਤਰ੍ਹਾਂ ਦੇ ਸਾਧ ਸੰਗਤ ਜੀ ਬੇਅੰਤ ਕੌਤਕ ਕੀਤੇ ਹਨ ਦਿੱਲੀ ਸ਼ਹਿਰ ਦੇ ਵਿੱਚ ਮਹਾਰਾਜ ਨੂੰ ਆਪਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ।